ਕੋਈ ਚੱਕਰ ਨੀ ਵੀਰੇ ਪਹੁੰਚਾਂਗੇ ਸਭ ਪਹੁੰਚਦੇ ਸਾਰੇ ਮੈਂ ਜਥੇਬੰਦੀਆਂ ਨੂੰ ਕਹਿੰਦਾ ਬੁੱਢਾ ਦਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾ ਜਿਹੜਾ ਮਹਾਰਾਜ ਤਰਨਾਂ ਤੇ ਚਲਾਇਆ ਆ ਸਭ ਪਹੁੰਚਣ ਫੌਜਾਂ ਪਹੁੰਚਣ ਲਾੜੀਆਂ ਫੌਜਾਂ ਪਹੁੰਚਣ ਨਿਹੰਗ ਸਿੰਘ ਪਹੁੰਚਣ ਸਾਰੇ ਖੂਨ ਖੋਲਿਆ ਹੋਇਆ ਵੀ ਹੁਣ ਤੱਕ ਠੀਕ ਨੀ ਗੱਲ ਇਹ ਗੱਲਾਂ ਬਹੁਤ ਗਲਤ ਕਰਦੇ ਨੇ ਜਿਹੜੇ ਕਰਦੇ ਨੇਗੇ ਧੱਕਾ ਹੋ ਰਿਹਾ ਪੰਜਾਬ ਨਾਲ ਸਿਰ ਪੰਜਾਬ ਨਾਲ ਯਾਰ ਇਹ ਕਿਹੜੀ ਗੱਲ ਹੈ ਸਿੱਖ ਕੌਮ ਨੂੰ ਦੀ ਧਮਕੀਆਂ ਦਿੰਦੇ ਹੋ ਸਾਡੇ ਨਾਲ ਸਿੱਖ ਕੌਮ ਨੂੰ ਨਿਹੰਗ ਸਿੰਘਾਂ ਨੂੰ ਧਮਕੀਆਂ ਦਿੰਦੇ ਨੇ ਸਿੱਖ ਕੌਮ ਨੇ ਸਭ ਨੇ ਬਚਾਇਆ ਸਾਰਿਆਂ ਨੂੰ ਮਹਾਰਾਜ ਨੇ ਤਿਲਕ ਜੰਝੂ ਦੇ ਰੱਖ ਲਈ ਉਹਨਾਂ ਨੇ ਤਾਂ ਆਪਦਾ ਕੁਰਬਾਨ ਸਾਰਾ ਕੁਝ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਹੁਣ ਸਾਨੂੰ ਹੀ ਕਰਨਗੇ ਇਹ ਸਿੱਖਾਂ ਨੂੰ ਹੀ ਕਰਨਗੇ ਇਹ ਤਾਂ ਗੁਰੂ ਗੋਬਿੰਦ ਸਿੰਘ ਮਾਂ ਨੇ ਪੰਥ ਸਾਜਿਆ ਇਹ ਨੀ ਡੁੱਬਣ ਵਾਲਾ ਗ੍ਰਿਫਤਾਰੀਆਂ ਹੋ ਰਹੀਆਂ ਵਾ ਇੱਥੇ ਇਕੱਠ ਨੂੰ ਜਿਹੜਾ ਰੋਕਿਆ ਜਾ ਰਿਹਾ ਸੁਣੋ ਇਸ ਟਾਈਮ ਸਾਡਾ ਬੰਦਾ ਕੋਈ ਨੀ ਪਰ ਜਿਹੜੇ ਇੱਥੇ ਮੋਰਚੇ ਤੇ ਪਹੁੰਚੇ ਨੇ ਇਹ ਕਹਿੰਦੇ ਵੀ 100 ਤੋਂ ਵੱਧ ਗ੍ਰਿਫਤਾਰੀ ਹੋ ਚੁੱਕੀ ਹੈ ਇੱਥੇ ਕਿਹਾ ਜਾ ਰਿਹਾ ਹਾਂ ਕਹਿੰਦੇ ਨੇ ਖੜਾ ਸਿੱਖ ਦਮਾਲਾ ਸਿਆ ਆ ਧੱਕੇ ਮਾਰ ਕੇ ਬੈਨ ਚ ਬਿਠਾ ਲੈਂਦੇ ਨੇ ਠੀਕ ਹੈ ਮੈਂ ਤਾਂ ਪਹਿਲੀ ਗੱਲ ਤਾਂ ਇਹ ਕਹਿੰਦਾ ਮੈਂ ਨਿਹੰਗ ਸਿੰਘ ਨੇ ਇਹਨਾਂ ਦੀ ਬੈਨ ਭੰਨੋ ਜਿਹੜੀ ਹੈਗੀ ਆ ਅੱਛਾ ਬੈਨ ਭੰਨੋ ਜਿਹੜੀ ਹਾਂ ਜਿਹੜੀ ਕਹਿੰਦੇ ਨੇ ਬੈਨ ਚ ਜਿਹੜੀ ਚਲੇ ਨਾਲ ਲਾ ਲੈਂਦੇ ਨੇ ਜਿਹੜੀ ਸਾਨੂੰ ਅਸੀਂ ਚੱਕਿਆ ਸਾਨੂੰ ਅਸੀਂ ਧੱਕੇ ਮਾਰ ਕੇ ਨਿਕਲੇ ਆ ਬੈਨ ਚ ਧੱਕੇ ਮਾਰ ਕੇ ਨਿਕਲੇ ਤੁਸੀਂ ਅਸੀਂ ਬੈਨ ਚ ਤੁਹਾਨੂੰ ਕਿੰਨੇ ਜਣੇ ਫੜਿਆ ਕਿੰਨੇ ਜਣੇ ਕਿੰਨੇ ਪੁਲਿਸ ਵਾਲੇ ਤਿੰਨ ਪੁਲਿਸ ਦਾ ਬਹੁਤ ਸੀ ਪੁਲਿਸ ਦਾ ਮੈਂ ਕਹਿੰਦਾ ਗਿਣਦੀ ਪਗੜ ਗੜ 50 ਜਣੇ ਸਾਡੇ ਕੋਲ 50 ਜਣੇ ਸਿੰਘ ਕੱਲਾ ਗਰਜ ਰਿਹਾ ਸੀ ਤਿੰਨ ਜਣੇ ਸੀਗੇ ਤਿੰਨ ਜਣੇ ਨੇ 50 ਜਣੇ ਸਾਈਡ ਤੇ ਕਰਤੇ ਕੀਤੇ ਆ 2 ਲੱਖ ਤੇ ਭਾਰੂ ਪੈਂਦਾ ਗਾ ਤਿੰਨ ਸੀ ਦਾ ਸੋਧ ਲਓ ਕਿੰਨੇ ਸੀਗੇ 3 ਲੱਖ ਦੇ ਉੱਤੇ ਸਿੰਘ ਸੀ ਇਹ 50 ਜਣੇ ਚੰਗਲ ਦੇ ਵਿੱਚੋਂ ਬੈਨ ਤੇ ਨਿਕਲ ਕੇ ਜੇ ਬੈਨ ਸਾਰੀ ਭਰੀ ਹੋਈ ਸੀ ਪੁਲਿਸ ਵਾਲਿਆਂ ਨਾਲ ਆਲੇ ਦਾਲੇ ਸਾਨੂੰ ਧੱਕੇ ਮਾਰ ਅੰਦਰ ਵਾੜ ਦੇ ਪਰ ਅਸੀਂ ਬੜੇ ਨੀ ਅਸੀਂ ਮੈਂ ਮਹਾਰਾਜ ਦੀ ਕਿਰਪਾ ਨਾਲ ਮੈਂ ਸ਼੍ਰੀ ਸਾਹਿਬ ਆਏ ਲਾ ਲਈ ਸੀ ਸ਼੍ਰੀ ਸਾਹਿਬ ਲਾ ਕੇ ਮੈਂ ਧੱਕ ਤੇ ਸਾਰੀ ਪਰ ਅਜੇ ਜਿਹੜੇ ਸਾਡੇ ਫੌਜ ਦੂਜੀ ਸੀ ਉਹ ਬਹਿੰਦੀ ਸੀ ਮੈਂ ਕਿਹਾ ਜੇ ਹੁਣ ਬਹਿ ਗਏ ਤੁਸੀਂ ਇਹਨਾਂ ਨੇ ਸ਼ਾਮ ਨੂੰ ਛੱਡਣਾ ਲੱਗਦਾ ਨੀ ਵੀ ਸਿੰਘਾਂ ਦਾ ਜਾਂ ਪੰਜਾਬ ਵਾਲਿਆਂ ਦਾ ਜ਼ੋਰ ਪਾਇਆ ਜਾ ਰਿਹਾ ਅਸੀਂ ਇਹ ਗੱਲ ਕਹੀ ਗਈ ਆ ਵੀ ਅਸੀਂ 1 ਲੱਖ ਬੰਦਾ ਖੜਾਵਾਂਗੇ ਹਾਲਾਂਕਿ ਜੇ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਉਹਨੂੰ ਕਰਦਾ ਚੱਕ ਲਿਆ ਹੁੰਦਾ ਇਹ ਨਹੀਂ ਕਹਿੰਦੇ ਹੈਗੇ ਸਾਡੇ ਹੱਕ ਆ ਬਾਈ ਹਣਾ ਉਹਨਾਂ ਦਾ ਆਪਦਾ ਹੱਕ ਆ ਆਪਣਾ ਆਪਦਾ ਹੱਕ ਆਪਾਂ ਪੰਜਾਬ ਬਚਾਉਣ ਲਈ ਤੁਰੇ ਆ ਉਹ ਪੰਜਾਬ ਨੂੰ ਖਤਮ ਕਰਨ ਲਈ ਤੁਰੇ ਹੈਗੇ ਦੇਖੋ ਜਿਹੜਾ ਕਹਿੰਦੇ ਨੇ ਜਿਹੜਾ ਕਹਿੰਦੇ ਨੇ 1 ਲੱਖ ਭਈਆ 2 ਲੱਖ ਭਈਆ ਖੜਾਇਆ ਵਾ ਸਾਡੇ ਮੂਹਰੇ ਭਈਆ ਲਿਆਉਣ ਉਹ ਪੱਗਾਂ ਵਾਲੇ ਕਾਹਤੋਂ ਖੜਾ ਦੇ ਸਾਡੇ ਮੂਹਰੇ ਪੁਲਿਸ ਵਾਲਿਆਂ ਨੂੰ ਪੱਗਾਂ ਬੰਨ ਮਾਰ ਕਾਹਤੋਂ ਸਾਡੇ ਮੂਹਰੇ ਖੜਾਤਾ ਠੀਕ ਨੀ ਗੱਲ ਭਾਈ ਮਾਰੂ ਜੰਗ ਕਿਉਂ ਚਲਾਉਂਦੇ ਹੈਗੇ ਸਾਡੇ ਕੋਲੇ ਲੱਗਦਾ ਨੀ ਮਾਹੌਲ ਜਿਹੜਾ ਤਣਾਅਪੂਰਨ ਬਣ ਸਕਦਾ ਵਾ ਨਹੀਂ ਨਹੀਂ ਬਾਈ ਦੇਖੋ ਸਾਰੀਆਂ ਇਹ ਨਹੀਂ ਵੀ ਤਣਾਅਪੂਰਨ ਬਣੂਗਾ ਅਸੀਂ ਸਮਝਦਾਰ ਹੈ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਉਂਦੇ ਇਹ ਜਿਹੜਾ ਆਉਂਦਾ ਕਰਨ ਆਏ ਹੈਗੇ ਡੱਕਾ ਮਾਰਨ ਆਏ ਆ ਜੇ ਫਿਰ ਅੱਗੇ ਹੋ ਜੇ ਮੰਨ ਲਓ ਪੁਲਿਸ ਲਾਠੀਚਾਰਜ ਸ਼ੁਰੂ ਕਰ ਦਿੰਦੀ ਆ ਫਿਰ ਜਵਾਬ ਦਿੱਤਾ ਜਾ ਸਕਦਾ ਪਹਿਲੀ ਵਾਰ ਹੋਣੀ ਹੈਗੀ ਲਾਠੀਚਾਰਜ ਜਿਹਨਾਂ ਨੇ ਪਹਿਲੀ ਵਾਰ ਕਰਨਾ ਜਬਰ ਜ਼ੁਲਮ ਸਰਕਾਰਾਂ ਸਮੇਂ ਸਮੇਂ ਤੇ ਲੋਕਾਂ ਤੇ ਕਰਦੀਆਂ ਆਈਆਂ ਅੱਜ ਵੀ ਕਰ ਲੈਣਗੇ ਪਰ ਸਿੰਘ ਚੜ੍ਹਦੀ ਕਲਾ ਚ ਹੈ ਚੜ੍ਹਦੀ ਕਲਾ ਚ ਰਹੂਗਾ ਕੋਈ ਚੱਕਰ ਨਹੀਂ ਬਾਈ ਚੰਗੇ ਕੰਮ ਲਈ ਅਸੀਂ ਆਏ ਆ ਤੇ ਮੈਂ ਸ੍ਰੀ ਅੰਮ੍ਰਿਤਸਰ ਤੁਸੀਂ ਕਿੱਥੋਂ ਆਏ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਅੰਮ੍ਰਿਤਸਰ ਤੋਂ ਸਪੈਸ਼ਲ ਇੱਥੇ ਆਏ ਹਾਂ ਸਪੈਸ਼ਲ ਇੱਥੇ ਆਏ ਆ ਕਿ ਪੰਜਾਬ ਦਾ ਦਰਦ ਹੈਗਾ ਆਪਣੇ ਅੰਦਰ ਕਿ ਪਾਣੀ ਜਿਹੜੇ ਆ ਉਹਦੇ ਨਾਲ ਲੋਕੀ ਕਿੰਨੇ ਬਰਬਾਦ ਹੋ ਰਹੇ ਨੇ ਪਰ ਸਰਕਾਰਾਂ ਜਿਹੜੀਆਂ ਸੁੱਤੀਆਂ ਆਈਆਂ ਸਭ ਕੁਝ ਜਾਣਨ ਦੇ ਬਾਵਜੂਦ ਵੀ ਇਹ ਅਣਦੇਖੀ ਕਰਦੀਆਂ ਪਈਆਂ ਇਹਨਾਂ ਨੂੰ ਚਾਨਣਾ ਦਵਾਉਣ ਲਈ ਆਪਾਂ ਸਾਰੇ ਇਕੱਠੇ ਹੋਏ ਆ ਇਹ ਸੱਚੀ ਜੰਗ ਆ ਨਾ ਕਰਨਾ ਫੈਕਟਰੀ ਵਾਲੇ ਦਿੰਦੇ ਨੇ ਸਰਕਾਰਾਂ ਨੂੰ ਪੈਸਾ ਠੀਕ ਨੀ ਗੱਲ ਜਵਾਕ ਸਾਡੇ ਮਨ ਦੇ 75 ਕਰੋੜ ਟੈਕਸ ਦਿੰਦੇ ਆ ਕਹਿੰਦੇ ਕਿਉਂ ਦਿੰਦੇ ਨੇ ਟੈਕਸ ਪਾਣੀ ਦਾ ਕਿਹੜਾ ਟੈਕਸ ਦਿੰਦੇ ਨੇ ਉਹ ਠੀਕ ਨੀ ਗੱਲ ਪਾਣੀ ਦਾ ਸਾਰਾ ਪੰਜਾਬ ਦਾ ਗੰਦਾ ਐਨ ਮਾਰਤਾ ਸਾਰਾ ਸਾਰੇ ਜਵਾਕ ਆ ਪਿੰਡਾਂ 'ਚ ਜਾ ਕੇ ਦੇਖੋ ਬਿਮਾਰੀਆਂ ਲੱਗੀਆਂ ਪਈਆਂ ਨੇ ਜਵਾਕਾਂ ਨੂੰ ਬਈ ਇੱਕ ਗੱਲ ਦੇਖੀ ਆ ਮੈਂ ਇੱਥੇ ਲੋਕ ਅੰਮ੍ਰਿਤਸਰ ਤੋਂ ਹਨਾ ਦੇਖ ਲਈਏ ਆਪਾਂ ਬਠਿੰਡੇ ਤੋਂ ਦੇਖ ਲਈਏ ਸੰਗਰੂਰ ਤੋਂ ਕਈ ਸ਼ਹਿਰਾਂ ਤੋਂ ਪਹੁੰਚੇ ਹੋਏ ਨੇ ਪਰ ਕਿਤੇ ਲੱਗਦਾ ਵੀ ਲੁਧਿਆਣੇ ਵਾਲੇ ਆਪ ਇਹ ਗੱਲ ਮੈਂ ਵੀ ਕਹਿ ਸਕਦਾ ਵਾ ਲੁਧਿਆਣੇ ਵਾਲੇ ਨੂੰ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਹਿੰਦਾ ਵਾ ਵੀ ਲੁਧਿਆਣੇ ਵਾਲਿਓ ਜੇ ਤੁਹਾਡੇ 'ਚ ਜ਼ਮੀਰ ਹੈਗੀ ਆ ਮਾੜੀ ਮੋਟੀ ਸਿੱਖਾਂ 'ਚ ਜ਼ਮੀਰ ਹੈਗੀ ਆ ਮਾੜੀ ਮੋਟੀ ਤਾਂ ਲੁਧਿਆਣੇ ਇੱਥੇ ਪਹੁੰਚ ਜਾਓ ਜੇ ਹੁਣੇ ਲਾਈਵ ਚੱਲਦਾ ਪਿਆ ਹਾਂਜੀ ਤੁਸੀਂ ਜਿਵੇਂ ਕਿਹਾ ਸੀ ਕਿ ਟੈਕਸ ਦੇ ਰਹੀਆਂ ਫੈਕਟਰੀ ਵਾਲੇ ਟੈਕਸ ਦੇ ਰਿਹਾ ਨਹੀਂ ਉਹਨਾਂ ਨੇ ਵੀਡੀਓ ਪਾਈ ਸੀ ਉਹਨਾਂ ਨੇ ਕਿਹਾ ਸੀ ਅਸੀਂ 75 ਕਰੋੜ ਟੈਕਸ ਦਿੰਦੇ ਆ ਕਹਿੰਦੇ ਸਰਕਾਰ ਵੀ ਟੈਕਸ ਦੇ ਲੋਕਾਂ ਨੂੰ ਮਾਰਨ ਦਾ ਟੈਕਸ ਥੋੜਾ ਦੇ ਰਿਹਾ ਹਨਾ ਮਾਰਨ ਦਾ ਟੈਕਸ ਨਹੀਂ ਦਿੰਦਾ ਟੈਕਸ ਨਹੀਂ ਮੈਂ ਇਹੀ ਗੱਲ ਦਾ ਜਵਾਬ ਦੇਣਾ ਇਹ ਮਾਰਨ ਦਾ ਟੈਕਸ ਨਹੀਂ ਦੇ ਰਹੇਗੇ ਉਹ ਕੰਮ ਕਰਦੇ ਉਹਦਾ ਟੈਕਸ ਦੇ ਰਿਹਾ ਪੰਜਾਬ ਚੱਲ ਰਿਹਾ ਵਾ ਕਿ ਨਾਲੇ ਦੇ ਵਿੱਚੋਂ ਆਪਣਾ ਸਤਲੁਜ ਸਾਰਾ ਪਾਣੀ ਜਾ ਰਿਹਾ ਫਿਰ ਵੀ ਸਰਕਾਰ ਜਿਹੜੀ ਹੈ ਅੱਖਾਂ ਮੀਟ ਕੇ ਬੈਠੀ ਹੋਈ ਹੈ ਇਹ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹ ਬਹੁਤ ਹੀ ਗੰਭੀਰ ਮਸਲਾ ਹੈਗਾ ਇਹ ਲੋਕਾਂ ਦੇ ਜਾਨ ਮਾਨ ਦਾ ਸਵਾਲ ਹੈਗਾ ਇਹ ਆਪਾਂ ਨੂੰ ਇਹਦੇ ਵੱਲ ਸਰਕਾਰ ਦਾ ਧਿਆਨ ਦਿਵਾਉਣਾ ਚਾਹੀਦਾ ਇਸ ਚੀਜ਼ ਤੇ ਵੀ ਪੱਕਾ ਮੋਰਚਾ ਲੱਗ ਸਕਦਾ ਜੀ ਜੇ ਹੋਇਆ ਤਾਂ ਲਾਵਾਂਗੇ ਜੀ ਜੇ ਅੱਜ ਹੋ ਗਿਆ ਤਾਂ ਠੀਕ ਆ ਨਹੀਂ ਬੈਠੇ ਆ ਨਹੀਂ ਫਿਰ ਇੱਥੇ ਬੈਠੋਗੇ ਤੇ ਲੁਧਿਆਣਾ ਜਾਮ ਹੋ ਜੂ ਚੰਡੀਗੜ੍ਹ ਮੋਰਚਾ ਬੈਠੇ ਨਹੀਂ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ ਮੈਨੂੰ ਲੱਗਦਾ 3 ਸਾਲ ਹੋ ਗਏ 7 ਜੁਲਾਈ ਨੂੰ ਲੱਗਿਆ ਸੀਗਾ ਸਿੰਘ ਵਾਲਾ ਮੋਰਚਾ ਹਾਂ 7 ਜੁਲਾਈ ਨੂੰ ਲੱਗਿਆ ਸੀ
ਉਦਣ ਧਰਨਾ ਲੱਗਿਆ ਠੀਕ ਆ, ਨਿਹੰਗ ਸਿੰਘ ਜਥੇਬੰਦੀਆਂ ਨੇ ਲਾਇਆ ਦਾ ਨਾ, ਘੋੜੇ ਖੜਨਗੇ ਇੱਥੇ ਜੇ ਨਾ ਹੋਇਆ, ਘੋੜੇ ਖੜਨਗੇ ਸੜਕਾਂ ਦੇ ਘੋੜੇ ਲਾਵਾਂਗੇ ਅਸੀਂ, ਸਭ ਕੁਝ ਹੋਊਗਾ ਠੀਕ ਆ, ਜਥਾ ਬੈਠੂਗਾ ਇੱਥੇ, ਦਲ ਪੰਥ ਬੈਠਣਗੇ ਸਾਰੇ। 9000 ਲੀਟਰ ਪਾਣੀ ਨਾਲੇ ਚ ਜਾ ਰਿਹਾ ਵਾ, ਕੀ ਇਹਨਾਂ ਨੂੰ ਦਿਖਦਾ ਨੀ ਪਿਆ? ਸਭ ਪਤਾ ਹੈਗਾ, ਬਟ ਇਹ ਗੱਲ ਸਾਰੀ ਪੈਸੇ ਲੈਣ ਦੇ ਮੁਕਾ ਰਹੇ ਨੇ ਗੱਲਾਂ, ਇਹ ਗੱਲਾਂ ਇਹਨਾਂ ਨੂੰ ਸੋਚਣਾ ਚਾਹੀਦਾ ਇਹਨਾਂ ਬਾਰੇ। ਬਾਈ ਹੱਥ ਬੰਨ ਕੇ ਬੇਨਤੀ, ਬਾਈ ਜੀ ਬਹਿ ਜਾਓ, ਜੇ ਬੈਠਾਂਗੇ ਤਾਂ ਹੀ ਕੋਈ ਹੱਲ ਨਿਕਲੂਗਾ, ਬਹਿ ਜਾਓ ਮੇਰਾ ਵੀਰ। ਦੇਖ ਸਕਦੇ ਹੋ ਇੱਥੇ ਕਈ ਨੌਜਵਾਨਾਂ ਤੇ ਬਾਕੀਆਂ ਨੇ ਮਿਲ ਕੇ ਇੱਥੇ ਇਹ ਐਲਾਨ ਕੀਤਾ ਵਾ ਵੀ ਹੁਣ ਇਹ ਰੋਡ ਦੇ ਆ ਜਿਹੜਾ ਇੱਥੇ ਵਿਚਾਲੇ ਬੈਠਿਆ ਜਾਊਗਾ, ਚਾਹੇ ਕੋਈ ਵੀ ਪੁਲਿਸ ਆਉਂਦੀ ਆ, ਕੋਈ ਵੀ ਮੂਹਰੇ ਆਉਂਦਾ ਵਾ, ਸਾਰੇ ਇੱਥੇ ਬੈਠਦੇ ਜਾ ਰਹੇ ਨੇ, ਵੱਡੇ ਵੱਡੇ ਲੀਡਰ ਆ ਜਿਹੜੇ ਜਾਂ ਹੋਰ ਸੰਗਤ ਆ ਉਹ ਸਾਰੀ ਇੱਥੇ ਬੈਠ ਰਹੀ ਆ, ਅਤੇ ਰੋਡ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾ ਰਿਹਾ ਵਾ, ਕਾਲੇ ਪਾਣੀਆਂ ਦਾ ਮੋਰਚਾ ਬੰਦ ਕਰਨ ਨੂੰ ਲੈ ਕੇ ਇੱਥੇ ਸੰਘਰਸ਼ ਹੋ ਰਿਹਾ ਵਾ। ਫੈਸਲਾ ਲਿਆ ਗਿਆ ਵੀ ਇੱਥੇ ਰੋਡ ਜਾਮ ਕੀਤਾ ਜਾਊਗਾ? ਬਿਲਕੁਲ ਕੀਤਾ ਜਾਊਗਾ ਜੀ, ਜਿੱਥੇ ਪ੍ਰਸ਼ਾਸਨ ਆ ਸਾਡੇ ਤਾਂ ਥੋੜੇ ਜਿਹੇ ਲੋਕ ਇਕੱਠੇ ਹੋ ਗਏ, ਇਹ ਨਹੀਂ ਹੁਣ ਦਿੱਤੇ ਕਿ ਜਿੱਥੇ ਫੈਕਟਰੀਆਂ ਵਾਲੇ ਸੀ ਉਹ ਅੱਜ ਹਜ਼ਾਰਾਂ ਦੀ ਤਦਾਦ ਚ ਇਕੱਠ ਕਰਕੇ ਆਪਦੇ ਸਾਡੇ ਪੰਜਾਬ ਦੇ ਲੋਕ ਦੀ ਇਕੱਠਾ ਕਰੀ ਬੈਠੇ ਨੇ। ਉਧਰ ਦੀ ਕੋਈ ਜਾਣਕਾਰੀ ਆਈ ਸਾਹਮਣੇ ਉਹਨਾਂ ਦਾ ਇਕੱਠ ਹੋਏਗਾ? ਪੰਜਾਬ ਦੀ ਧਰਤੀ ਤੇ ਐਡਾ ਵੱਡਾ ਦਿਖਾਂਤ ਆ, ਸਾਡੇ ਪੰਜਾਬ ਦੀ ਧਰਤੀ ਤੇ ਸਾਨੂੰ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾ ਰਿਹਾ, ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਉਹਨਾਂ ਨੂੰ ਪ੍ਰੋਟੈਸਟਾਂ ਦੇ ਰਹੇ ਨੇ ਜਿਹੜੇ ਜ਼ਹਿਰ ਕੈਂਸਰ ਬਣ ਰਹੇ ਨੇ, ਕਾਲੇ ਪੀਲੇ ਵਰਗੇ ਬਣ ਰਹੇ ਨੇ, ਉਹ ਸ਼ਰੇਆਮ ਵੀਡੀਓ ਆ ਗਈਆਂ ਆ ਸਰਕਾਰ ਨੂੰ, ਕੂੰਗੀ ਸਰਕਾਰ ਨੂੰ। ਮੈਂ ਇੱਕ ਵਾਰੀ ਇਹ ਪੰਜਾਬ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ, ਇਹ ਜਿਹੜੇ ਬਈਏ ਨੇ ਜਿੱਦਣ ਤੁਹਾਡਾ ਪਾਣੀ ਬਰਬਾਦ ਹੋ ਗਿਆ, ਖਤਮ ਹੋ ਗਿਆ, ਇਹਨਾਂ ਨੇ ਬਾਹਰ ਭੱਜ ਜਾਣਾ, ਤੁਹਾਡਾ ਇੱਥੇ ਕੁਛ ਨੀ ਰਹਿਣਾ, ਤੁਸੀਂ ਇੱਥੇ ਜਿਹੜੇ ਲੋਕ ਲੰਘ ਰਹੇ ਨੇ ਮਰੋਗੇ, ਤੁਸੀਂ ਉਹ ਲੋਕੋ ਯਾਦ ਰੱਖਿਓ, ਇਹਨਾਂ ਨੇ ਆਪਦਾ ਭੱਜਣਾ ਬਿਹਾਰ ਛੱਡ ਕੇ, ਪੰਜਾਬ ਨੂੰ ਛੱਡ ਕੇ ਬਿਹਾਰ ਭੱਜਣਾ, ਮਰੋਗੇ ਤੁਸੀਂ, ਉਹਨਾਂ ਦਾ ਅੱਜ ਤੁਹਾਨੂੰ ਚੇਤਾਵਨੀ ਦੇ ਰਹੇ ਨੇ 10,000 ਬੰਦੇ ਦਾ ਇਕੱਠ ਕਰਕੇ। ਇੱਕ ਖਬਰ ਇਹ ਵੀ ਸਾਹਮਣੇ ਆਈ ਸੀ ਪਿੱਛੇ ਜੇ, ਸਮਰਾਲਾ ਚੌਂਕ ਦੇ ਵਿੱਚ ਇੱਕ ਪੁਲਿਸ ਵਾਲੇ ਦੀ ਵੀ ਉਹ ਭਈਆਂ ਦੀ ਜਿਹੜੀ ਆ ਪ੍ਰਵਾਸੀਆਂ ਜਿਹੜੀ ਆ ਟੱਕਰ ਹੋ ਗਈ ਸੀਗੀ, ਅਤੇ ਉਹਨਾਂ ਦੇ ਨਾਲ ਵੀ ਮਾਰਕੁੱਟ ਹੋਈ ਆ। ਇਹ ਤਾਂ ਤੁਹਾਡੇ ਗਲਾਂ ਚ ਪੈਣਗੇ, ਤੁਹਾਡੇ ਪੰਜਾਬ ਦੀ ਧਰਤੀ ਦੇ ਲੁਧਿਆਣੇ ਤੁਹਾਡੇ ਨਾਂ ਚ ਪੇੜਾ ਮਾਰੀਆਂ ਸਾਲ ਨੂੰ, ਯਾਦ ਰੱਖਿਓ, ਇਹ ਜਿਹੜੇ ਡਾਂ ਫੈਕਟਰੀਆਂ ਦੇ ਮਾਲਕ ਨੇ ਉਹ ਤੁਹਾਡੇ ਨਾਲ, ਜੇ ਇਹਨਾਂ ਨੇ ਤੁਹਾਡੇ ਘਰਾਂ ਚ ਵੜ ਕੇ ਤੁਹਾਡੇ ਜੁੱਤੀਆਂ ਨਾ ਮਾਰੀਆਂ ਨਾ, ਤੁਸੀਂ ਫੇਰ ਮੰਨੋਗੇ? ਇਹ ਤੁਸੀਂ ਫੇਰ ਮੰਨੋਗੇ ਜਦੋਂ ਤੁਹਾਡੇ ਪਰਿਵਾਰਾਂ ਤੱਕ ਆ ਗਏ? ਇਹ ਤੁਹਾਡੇ ਪਰਿਵਾਰਾਂ ਤੱਕ ਆਉਣਗੇ, ਡਾਂਗ ਫੈਕਟਰੀ ਵਾਲਿਆਂ ਨੂੰ ਪਤਾ ਉਦੋਂ ਲੱਗੂਗਾ, ਕੋਈ ਨੀ, ਇਹ ਪਾਣੀ ਕਿਹੜਾ ਅਸੀਂ ਪੀਣੀ ਆ, ਜਦੋਂ 200 ਕਿਲੋਮੀਟਰ ਤੋਂ ਚੱਲ ਕੇ ਆ ਗਏ, ਮਰਨਗੇ ਤਾਂ ਪਹਿਲਾਂ ਆਉਣੇ ਵਾਲੇ, ਮਰਨਗੇ ਤਾਂ ਲੁਧਿਆਣੇ ਵਾਲੇ, ਸਾਡਾ ਕੀ ਜਾਊਗਾ? ਅੱਛਾ 200 ਕਿਲੋਮੀਟਰ ਦੇ ਇਹਨਾਂ ਦੇ ਹੱਕ ਚ ਆ ਗਏ। ਗੱਲ ਦੇਖੀ ਵੀ ਲੁਧਿਆਣੇ ਵਾਲੇ ਆਪ ਹੀ ਇੱਥੇ ਬਹੁਤ ਘੱਟ ਆ ਰਹੇ ਨੇ, ਹਾਲਾਂਕਿ ਦੂਰੋਂ ਦੂਰੋਂ ਲੋਕ ਬਹੁਤ ਆ ਗਏ, ਕਾਰਨ ਕੀ ਹੈ? ਕਾਰਨ ਉਹ ਕਹਿੰਦੇ ਛੇਤੀ ਮਰਨਾ, ਆਪਦੇ ਬੱਚਿਆਂ ਨੂੰ ਛੇਤੀ ਮਾਰਨਾ ਉਹਨਾਂ ਨੇ, ਅਸੀਂ ਆਏ ਉਹਨਾਂ ਨੂੰ ਬਚਾਉਣ ਵਾਸਤੇ, ਉਹ ਕਹਿੰਦੇ ਅਸੀਂ ਆਪਦੇ ਜਵਾਕਾਂ ਨੂੰ ਛੇਤੀ ਮਾਰਨਾ, ਆ ਲੁਧਿਆਣੇ ਦੇ ਹਾਲਾਤ ਨੇ, ਇਹ ਆਪ ਹੀ ਮਰਨ ਨੂੰ ਤਿਆਰ ਨੇ, ਮਰਨ ਦੋ ਇਹਨਾਂ ਨੂੰ ਛੱਡ ਦੋ ਇਹਨਾਂ ਦੇ ਹਾਲਾਤ ਚ, ਜੇ ਇਹ ਹੱਕ ਚ ਨਹੀਂ ਆ ਸਕਦੇ ਨਾ, 300-400 ਕਿਲੋਮੀਟਰ ਤੋਂ ਲੋਕ ਆ ਸਕਦੇ ਨੇ। ਕਿੱਥੋਂ ਆਏ ਹੋ? ਅਸੀਂ ਸੰਗਰੂਰੋਂ ਜੀ। ਸੰਗਰੂਰੋਂ ਆ ਗਏ? ਹਾਂਜੀ। ਕਿੰਨੇ ਜਾਣੇ ਆਏ ਹੋ ਤੁਸੀਂ? ਅਸੀਂ 20 ਜਾਣੇ। 20 ਜਾਣੇ ਆਏ? ਹਾਂਜੀ। ਤੁਹਾਨੂੰ ਤਾਂ ਨੀ ਰਸਤੇ ਦੇ ਵਿੱਚ ਰੋਕਿਆ ਗਿਆ? ਚਲੋ ਅਸੀਂ ਜਿਵੇਂ ਮਰਜ਼ੀ ਆ ਗਏ। ਰੋਕਿਆ ਗਿਆ ਸੀ? ਨਾਕੇ ਕਿੰਨੇ ਕੁ ਦਿਖੇ ਫਿਰ ਲੁਧਿਆਣੇ? ਕੁਛ ਆ ਜੀ, ਪਰ ਅਸੀਂ ਇਹ ਕਹਿੰਦੇ ਹੋ ਤੁਹਾਡੇ ਵਾਸਤੇ ਆਏ ਯਾਰ, ਕਿ ਕੋਈ ਕਿਸੇ ਵਾਸਤੇ ਨੀ ਆਇਆ, ਰੱਬ ਦੇ ਵਾਸਤੇ ਆਪ ਆਇਆ ਕੋਈ ਵੀ ਆ, ਪਰ ਇਹ ਜਿਹੜੇ ਪੰਜਾਬ ਦੇ ਤੁਹਾਡੇ ਬਈਏ ਨੇ ਨਾ, ਇਹ ਅੱਜ ਤੁਹਾਨੂੰ ਥਾਪੀਆਂ ਮਾਰ ਰਹੇ ਨੇ ਉੱਥੇ ਲਟਕਾਰੇ ਨੇ। ਉਹਨਾਂ ਨੇ ਕੀਤਾ ਸੀ ਇੱਕ ਵੀਡੀਓ ਚ ਫੈਕਟਰੀ ਵਾਲਿਆਂ ਨੇ ਵੀ, ਅਸੀਂ 1,00,000 ਬੰਦਾ ਰੱਖਾਂਗੇ ਜ਼ਰੂਰ ਮੂਹਰੇ ਖੜਾ, ਤਾਂ ਜੀ 20,000 ਬੰਦਾ ਇਕੱਠਾ ਕਰੀ ਖੜੇ ਨੇ ਉਹ, ਕਿਹੜੀ ਜਗ੍ਹਾ?
ਆ ਲਵੇ ਲਾਉਣੀ ਵੀਡੀਓ ਆ ਰਹੀ ਆ ਦੇਖ ਲੋ ਹੁਣ ਪਤਾ ਨੀ ਕਿਹੜੀ ਜਗ੍ਹਾ ਇੰਨਾ ਮੈਂ ਇਕੱਠਾ ਕਰਤੀ ਓਏ ਸਾਨੂੰ 100 ਬੰਦਾ ਨੀ ਇਕੱਠਾ ਕਰਕੇ ਹੈਗਾ ਕੋਈ ਨਹੀਂ ਇੱਥੇ 100 ਤੋਂ ਵੱਧ ਗ੍ਰਿਫਤਾਰੀਆਂ ਹੋਣ ਦੀ ਖਬਰ ਸਾਹਮਣੇ ਆ ਰਹੀਆਂ ਹਾਲਾਂਕਿ ਸਾਨੂੰ ਪੂਰੀ ਕਨਫਰਮੇਸ਼ਨ ਨਹੀਂ ਹੈਗੀ ਪਰ ਇੱਥੇ ਲੋਕ ਕਹਿ ਰਹੇ ਨੇ ਵੀ ਇੰਨੇ ਬੰਦੇ ਫੜਦੇ ਇੰਨੇ ਬੰਦੇ ਫੜਦੇ ਜੀ ਗਿਣਤੀ ਅੰਦਾਜ਼ਾ ਦੇਖੀਏ 100 ਤੋਂ ਵੱਧ ਬੰਦੇ ਫੜ ਕੇ ਪੁਲਿਸ ਲੈ ਗਈ ਲੈ ਗਈ ਜਿਹੜੇ ਮੇਨ ਬੰਦੇ ਸੀ ਉਹ ਤਾਂ ਲੈ ਗਏ ਜਿਹੜਾ ਜਿਨ੍ਹਾਂ ਨੇ ਹਾਂ ਦੇ ਨਾਰੇ ਮਾਰੇ ਸੀ ਉਹਦਾ ਸਾਰੀ ਡਿਟੇਨ ਕਰ ਲਏ ਜਿਹੜਾ ਸਲਾਣਾ ਉਹਦਾ ਨਹੀਂ ਫੜਿਆ ਗਿਆ ਹੋ ਸਕਦਾ ਰੱਖਾ ਪਹੁੰਚੇਗਾ ਇੱਥੇ 100% ਆਊਗਾ ਲੱਖਾ ਸਧਾਣਾ ਇੱਥੇ ਥੋੜੇ ਟਾਈਮ ਦੇ ਵਿੱਚ ਹੀ ਇੱਥੇ ਪਹੁੰਚੂਗਾ ਇਸੇ ਧਰਤੀ ਤੇ ਪਹੁੰਚੂਗਾ ਤੇ ਸੰਘਰਸ਼ ਦਾ ਪਿੜ ਇੱਥੋਂ ਚਲਾਵਾਂਗੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਸੰਘਰਸ਼ ਜਿੱਤ ਸਕਦੇ ਹਾਂ ਸਾਲ ਸਾਲ ਬੈਠ ਕੇ ਆ ਲੁਧਿਆਣਾ ਕੋਈ ਸਾਡੇ ਵਾਸਤੇ ਬੜਾ ਵੱਡਾ ਨੀਗਾ ਲੱਗਦਾ ਨੀ ਬਈ ਭਗਵੰਤ ਮਾਨ ਸਰਕਾਰ ਨੂੰ ਇੱਕ ਵਾਰ ਕਾਲੇ ਪਾਣੀ ਦੀ ਟੀਮ ਨਾਲ ਗੱਲ ਕਰਨੀ ਚਾਹੀਦੀ ਸੀ ਬਾਈ ਉਹ ਵਿੱਚ ਖੜ ਖੜ ਕੇ ਉਹਦਾ ਉਹਨਾਂ ਨੇ ਕੋਈ ਅਧਿਕਾਰੀ ਨਾਲ ਮੀਟਿੰਗ ਹੋਣੀ ਚਾਹੀਦੀ ਖੜ ਕਰਕੇ ਵੀਡੀਓ ਪਾਉਂਦੇ ਸੀ ਅਸੀਂ ਵੀ ਝਾੜੂ ਵਾਲੇ ਹਾਂ ਅਸੀਂ ਝਾੜੂ ਛੱਡ ਕੇ ਆਏ ਹੋਏ ਹਾਂ ਅਸੀਂ ਝਾੜੂ ਪਾਰਟੀ ਦੇ ਅਸੀਂ ਝਾੜੂ ਪਾਰਟੀ ਦੇ ਅਸੀਂ ਝਾੜੂ ਪਾਰਟੀ ਖੜੀ ਕਰ ਫਿਰ ਵੋਟ ਪਾਈ ਸੀ ਲਾਇਆ ਸੀਗਾ ਅੰਗੂਠਾ ਫਿਰ ਲੱਗਦਾ ਸੀ ਵੀ ਕੋਈ ਬਦਲਾਅ ਆਊਗਾ ਬਾਈ ਬਦਲਾਅ ਤੇ ਅਸੀਂ ਬਾਈ ਚ ਮੈਂ ਵੋਟ ਹੀ ਨਹੀਂ ਪਾਈ ਮੈਨੂੰ ਪਹਿਲੀ ਬਦਲ ਮੈਂ ਜ਼ਿਲ੍ਹਾ ਪ੍ਰਧਾਨ ਮੀਤੋਰਿਆਂ ਨਾਲ ਹੁੰਦਾ ਸੀ ਪੰਜਾਬ ਦਾ ਜਨਰਲ ਸਕੱਤਰ ਸੀ ਹਰਜੋਤ ਮੈਂ ਸੇ ਮੇਰੇ ਨਾਲ ਹੁੰਦੇ ਸੀ ਸੁਨਿਆਸ ਨੂੰ ਆ ਤੁਸੀਂ ਪੰਜਾਬ ਛੱਡ ਕੇ ਆਏ ਆ ਠੋਕਰ ਮਾਰ ਕੇ ਡੇਡੇ ਉਧਰ ਨੂੰ ਸਿਰਫ ਆਪਣੇ ਪੰਜਾਬ ਵਾਸਤੇ ਆਪਣੀ ਮਿੱਟੀ ਵਾਸਤੇ ਤਾਂ ਖੜੇ ਪਿੱਠ ਨਹੀਂ ਦਿਖਾਉਂਦੇ ਪੰਜਾਬ ਨੂੰ ਜੇ ਪਿੱਠ ਦਿਖਾਉਣੀ ਹੁੰਦੀ ਨਾ ਆ ਚੇਅਰਮੈਨ ਸਾਡੇ ਘਰੇ ਵੀ ਚੇਅਰਮੈਨ ਨਹੀਂ ਆਉਂਦੇ ਗਵਰਨਮੈਂਟ ਸਾਡੇ ਕੋਲ ਪਾਰਟੀ ਤੋਂ ਫਿਰ ਹੁਣ ਕੀ ਕਹਿੰਦੇ ਹੋ ਵੀ ਆਉਣੀ ਚਾਹੀਦੀ ਅੱਗੇ ਤੋਂ ਇਹ ਕਿ ਨਹੀਂ ਨਾ ਬਈ ਜਿੰਨਾ ਚਿਰ ਪੰਜਾਬ ਦੀ ਕੋਈ ਖੇਤਰੀ ਪਾਰਟੀ ਨਹੀਂ ਨਾ ਆਉਂਦੀ ਪੰਜਾਬ ਦਾ ਭਲਾ ਹੋ ਹੀ ਨਹੀਂ ਸਕਦਾ ਕਦੇ ਨਹੀਂ ਹੁੰਦਾ ਜਿੰਨਾ ਚਿਰ ਲੋਕ ਚਿਹਰੇ ਨੂੰ ਵੋਟਾਂ ਨਹੀਂ ਪਾਉਂਦੇ ਆਪਣਾ 1000 ਕਰੋੜ ਰੁਪਏ ਦਾ ਆਪਣਾ ਦਿੱਲੀ ਜਾਈ ਜਾਂਦਾ ਗਾ ਦਰਕੇਸ਼ ਪਾਠਕ ਵਰਗੇ ਆ ਦੀਪ ਸੰਦੀਪ ਪਾਠਕ ਵਰਗੇ ਲਾ ਤੇ ਉਹਨਾਂ ਨੂੰ ਗੱਲ ਮੈਣ ਦੇ ਆ ਮੈਂ ਬਾਬੇ ਨੂੰ ਕਹਿਣਾ ਚਾਹੁੰਦਾ ਸਤਲੁਜ ਵਾਲੇ ਇੱਥੋਂ ਆ ਬਾਬਾ ਕਿਹੜਾ ਗਾ ਸੀਚੇਵਾਲ ਸੰਤ ਜੀ ਐਡਾ ਵੱਡਾ ਪੱਗਾ ਬੰਨ ਕੇ ਉੱਤੇ ਉਹ ਮੇਰੇ ਕੋਲ ਫੋਟੋ ਪਈ ਆ ਆਪਣਾ ਕੱਖਾਂ ਦੀ ਸਾਫ਼ ਕਰਨ ਦੀ ਵੀਡੀਓ ਆਉਂਦੀ ਰਹਿੰਦੀ ਤੇ ਉਹਨੂੰ ਆ ਦਿੰਦਾ ਨੀ ਉਹਦੇ ਤੇ ਬਈ ਗੱਲ ਚ ਪੱਟਾ ਪਾਤਾ ਸੰਤ ਸੀਚੇਵਾਲ ਦੇ ਪੱਟਾ ਪਾਤਾ ਰਾਜ ਸਭਾ ਮੈਂਬਰੀ ਦਾ ਜਿਹੜਾ ਮਤਾ ਪੈ ਗਿਆ ਉਹ ਪੱਟਾ ਗਾ ਉਹ ਸੰਜੇ ਸਿੰਘ ਵਰਗੇ ਦਰਕੇਸ਼ ਪਾਠਕ ਵਰਗੇ ਆਏ ਖਿੱਚ ਲੈਂਦੇ ਨੇ ਪਟਾ ਹੁਣ ਕਿੱਥੇ ਸੰਤ ਜੀ ਦੀਦਾ ਨੀ ਸਾਰਾ ਲੁਧਿਆਣਾ ਮਰੀ ਜਾਂਦਾ ਸਾਰਾ ਮਾਲਵਾ ਮਰੀ ਜਾਂਦਾ ਸਾਰਾ ਰਾਜਸਥਾਨ ਮਰੀ ਜਾਂਦਾ ਇਹ ਲੜਾਈ ਅੱਜ ਸ਼ੁਰੂ ਹੋਈ ਆ ਖਤਮ ਵੀ ਅਸੀਂ ਕਰਾਂਗੇ ਬਠਿੰਡੇ ਮਾਨਸਾ ਵਾਲੇ ਬਠਿੰਡਾ ਮਾਨਸਾ ਵਾਲੇ ਕਰਨਗੇ ਜੇ ਲੁਧਿਆਣਾ ਨੇ ਸਾਥ ਨਾ ਵੀ ਅਸੀਂ ਤਾਂ ਖੜੇ ਆ ਅਸੀਂ ਤਾਂ ਵੜ ਗਏ ਅਸੀਂ 300 ਕਿਲੋਮੀਟਰ ਤੋਂ ਆ ਕੇ ਇੱਥੇ ਲੜਾਈ ਲੜ ਸਕਦੇ ਹਾਂ ਮੈਂ ਲਾਣ ਤਾਂ ਦਿੰਦਾ ਜਿਹੜੇ ਨੇੜੇ ਦੇ ਲੋਕ ਨੇ ਵੀ ਇੱਥੇ ਸੰਘਰਸ਼ ਜਾਓ ਅਸੀਂ ਐਡੀ ਦੂਰੋਂ ਤੁਹਾਡੇ ਵਾਸਤੇ ਖੜੇ ਆ ਇੱਥੇ ਕਈ ਇੱਧਰ ਸਾਊਥ ਸਿਟੀ ਵੱਲ ਚੱਲ ਜਾਈਏ ਨਾ ਕਈ ਇਹੋ ਜਿਹੀ ਜਗ੍ਹਾ ਵਾ ਜਿੱਥੇ 10-10 ਕਰੋੜ ਦਾ ਕਿੱਲਾ ਵਾ ਤੇ ਲੋਕ ਅੱਧਾ ਤਾਂ ਇਹੀ ਸੋਚ ਰਿਹਾ ਵੀ ਸਾਡਾ ਕੀ ਫਾਇਦਾ ਉੱਥੇ ਜਾ ਇਹੀ ਚੀਜ਼ ਆ ਤੁਹਾਡੇ ਕੋਲ ਕਿੱਲਾ ਰਹਿਣੀ ਦੇਣਾ ਕਿੱਥੇ ਰਹੀਆਂ ਜ਼ਮੀਨਾਂ ਮੁਹਾਲੀ ਜਾ ਕੇ ਪੁੱਛ ਲਓ ਖਰੜ ਜਾ ਕੇ ਪੁੱਛ ਲਓ ਕੀ ਹਾਲਤ ਆਪਣੇ ਪੰਜਾਬ ਦੀ ਇੱਥੇ ਪੁੱਛ ਲਓ ਉਰੇ ਦੇਖ ਲਓ ਸਾਨੂੰ ਅਸੀਂ ਉੱਥੋਂ 10 ਕਿਲੋਮੀਟਰ ਤੁਰ ਕੇ ਆਏ ਇੱਕ ਵੀ ਪੰਜਾਬੀ ਬੰਦਾ ਨਹੀਂ ਮਿਲਿਆ ਸਾਰੇ ਪ੍ਰਵਾਸੀ ਨੇ ਲੁਧਿਆਣੇ ਚ ਤਾਂ ਅੱਗੇ ਲੱਗਦੀ ਨੀ ਵੀ ਅਸੀਂ ਪੰਜਾਬ ਦੇ ਜਿਹੜਾ ਕਹਿੰਦੇ ਹੁੰਦੇ ਨੇ ਲੁਧਿਆਣਾ ਬਿਹਾਰ ਬਣ ਗਿਆ ਹਾਂ ਬਿਹਾਰ ਬਣ ਗਿਆ ਬਈ ਆਹ ਦੇਖ ਲਓ ਤੁਸੀਂ ਹਾਲਾਤ ਪਰ ਅਸੀਂ ਲੜਾਂਗੇ ਬਈ ਲੱਖਾ ਸਿੰਘ ਸਧਾਣਾ ਵੀ ਇੱਥੇ ਪਹੁੰਚ ਰਹੇ ਨੇ ਕੁਛ ਟਾਈਮ ਚ ਇੱਥੇ ਬਈ ਗੱਲਬਾਤ ਹੋਈ ਹੋਣੀ ਹਾਂ ਹਾਂ ਬਿਲਕੁਲ ਸਾਡੇ ਅਸੀਂ ਟੱਚ ਚਾਂ 2 ਦਿਨ ਅਰਦ ਕਰਦੀ ਹਾਂ ਅਸੀਂ ਲਗਾਤਾਰ ਰੋਜ਼ ਬਈ ਤੇ ਲੱਖਾ ਬਈ ਇਕੱਠੇ ਹੀ ਆਉਂਦਾ ਕਿ ਲੱਗ ਮੈਂ ਬਾਈ ਦੇ ਨਾਲ 10 ਸਾਲ ਤੋਂ ਆ ਸਾਨੂੰ ਪਤਾ ਸੀ ਕਿਵੇਂ ਪਹੁੰਚਣਾ ਅਸੀਂ ਇੱਥੇ ਪਹੁੰਚੇ ਆ ਬਾਈ ਵੀ ਪਹੁੰਚੂਗਾ ਸਾਰੇ ਭੇਤ ਪਤਾ ਹਾਂ ਸਾਰੇ ਪਤਾ ਹਾਂ ਪਰ ਇਹ ਲੜਾਈ ਜਿੱਤ ਕੇ ਜਾਵਾਂਗੇ ਉਹਨਾਂ ਐ ਨਹੀਂ ਮੁੜਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਮਾਹੌਲ ਆ ਉਹ ਭਖਿਆ ਹੋਇਆ ਵਾ ਕੈਮਰਾਮੈਨ ਕਹੂੰਗਾ ਇੱਕ ਵਾਰ ਇੱਥੇ ਦਾ ਸਾਰਾ ਮਾਹੌਲ ਦਿਖਾਇਆ ਜਾਵੇ ਇਹ ਮੂਹਰੇ ਜਿਹੜੇ ਬੈਨਰ ਫੜੇ ਹੋਏ ਨੇ ਸਤਲੁਜ ਬਚਾਓ ਵਾਲੇ ਉਹ ਵੀ ਦਿਖਾਏ ਜਾਣ ਇਹਨਾਂ ਤੇ ਲਿਖਿਆ ਹੋਇਆ ਵਾ ਪਾਣੀਆਂ ਦੀ ਬੂੰਦ ਬੂੰਦ ਕੀਮਤੀ ਆ ਸਤਲੁਜ ਬਚਾਓ ਪੰਜਾਬ ਬਚਾਓ ਕੁਦਰਤ ਨਾਲ ਖਿਲਵਾੜ ਨਾ ਕਰੋ ਆਓ ਰਲ ਕੇ ਪੰਜਾਬ ਨੂੰ ਫਿਰ ਤੋਂ ਸਵਰਗ ਬਣਾਈਏ ਇਹ ਪਾਣੀ ਫਿਰੋਜ਼ਪੁਰ ਫਾਜ਼ਿਲਕਾ ਅਬੋਹਰ ਗੰਗਾਨਗਰ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ ਇਸ ਤਰ੍ਹਾਂ ਦੇ ਬੈਨਰ ਆ ਜਿਹੜੇ ਇੱਥੇ ਉਹ ਨਜ਼ਰ ਆ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜਾ ਇੱਥੇ ਲੋਕ ਹੁਣ ਸੜਕ ਤੇ ਬੈਠ ਗਏ ਨੇ ਤੇ ਉਦੋਂ ਤੱਕ ਦਾ ਇਹ ਫੈਸਲਾ ਕੀਤਾ ਵਾ ਵੀ ਜਦੋਂ ਤੱਕ ਇਸ ਬਾਰੇ ਕੋਈ ਪੱਕਾ ਹੱਲ ਨਹੀਂ ਨਿਕਲਦਾ ਤੇ ਬੰਨ ਨਹੀਂ ਮਾਰਿਆ ਜਾਂਦਾ ਜਾਂ ਸਰਕਾਰ ਕੋਈ ਭਰੋਸਾ ਨਹੀਂ ਦਵਾਉਂਦੀ ਵੀ ਇਸ ਤੇ ਐਕਸ਼ਨ ਲਿਆ ਜਾਂਦਾ ਤਾਂ ਇਸ ਤੇ ਇੱਥੇ ਹੀ ਬੈਠੇ ਰਹਾਂਗੇ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਠੀਕ ਠਾਕ ਹੋ ਮਾਤਾ ਜੀ ਆਇਆ ਫਿਰ ਉਧਰੋਂ ਪਿੰਡੋਂ ਆਪਣੇ ਕੋਈ ਬੰਦਾ ਵਾਧੂ ਆਇਆ ਆਏ ਅੱਜ ਤੇ ਪੂਰਾ ਜੱਥਾ ਲੈ ਕੇ ਆਏ ਹੋ ਫਿਰ ਅੱਜ ਆਪਣੇ ਆਪ ਮਹਾਰੇ ਪਹੁੰਚੇ ਆ ਆਪ ਮਹਾਰੇ ਪਹੁੰਚ ਰਹੇ ਆ ਮਹਾਰੇ ਪਹੁੰਚੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜੀ ਪੁਲਿਸ ਆ ਉਹਨਾਂ ਨੇ ਕਈ ਬੰਦੇ ਵੀ ਚੱਕ ਲਏ ਆ ਤੇ ਜਿਹੜੇ ਨਾਰਮਲ ਆਉਂਦੇ ਸੀ ਤੁਰੇ ਉਹਨਾਂ ਨੂੰ ਵੀ ਚੱਕ ਲਿਆ ਗਿਆ ਵਾ ਇਹਦੇ ਬਾਰੇ ਫਿਰ ਕੀ ਕਹੋਗੇ ਬਈ ਦੇਖੋ ਗੱਲ ਸੁਣੋ ਇਹ ਅੱਜ ਕੋਈ ਨਵਾਂ ਕੰਮ ਨਹੀਂ ਹੋਇਆ ਇਹ ਗੁਰੂ ਨਾਨਕ ਸਾਹਿਬ ਤੋਂ ਸਮੇਂ ਜਦੋਂ ਬਾਬਰ ਨੇ ਉਦੋਂ ਬਾਬਰ ਨੇ ਵੀ ਇਹੀ ਕੁਛ ਕੀਤਾ ਸੀ
ਜ਼ਮੀਰ ਨੂੰ ਪਰਖ ਨਹੀਂ ਸਕਦੇ ਕਿਉਂਕਿ ਇਹ ਨਹੀਂ ਪਤਾ ਪਰਮਾਤਮਾ ਨੇ ਕਿਹਦੇ ਮੋਢੇ ਤੇ ਰੱਖ ਕੇ ਕਦੋਂ ਕੀ ਚਲਾ ਦੇਣਾ ਵਾ ਕਿਉਂਕਿ ਹੁਣ ਹਥਿਆਰਾਂ ਦੀ ਲੜਾਈ ਤਾਂ ਹੈ ਨੀ ਵਿਚਾਰਾਂ ਦੀ ਲੜਾਈ ਆ ਤੇ ਵਿਚਾਰ ਕਰਦੇ ਬੈਠ ਕੇ ਮਸਲੇ ਹੱਲ ਕਿਹੜਾ ਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ ਸਾਰੇ ਮਸਲੇ ਹੱਲ ਹੁੰਦੇ ਆਏ ਆ ਤੇ ਹੁੰਦੇ ਹੀ ਜਾਣੇ ਜਦ ਕੇ ਸੰਸਾਰ ਚਲਾਇਆ ਵਾ ਪਾਣੀ ਆਏ ਵੀ ਤਾਂ ਕਰਕੇ ਲੋਕੀ ਸਾਰੇ ਤਾਂ ਇਕੱਠੇ ਹੋਏ ਨੇ ਵੀ ਪਾਣੀ ਹਰ ਇੱਕ ਨੂੰ ਜਿਉਂਦੇ ਲਈ ਰਹਿਣੇ ਚਾਹੀਦਾ ਵਾ ਲੱਗਦਾ ਭਗਵੰਤ ਮਾਨ ਸਰਕਾਰ ਇਹਨਾਂ ਫੈਕਟਰੀਆਂ ਦੇ ਖਿਲਾਫ ਕੋਈ ਐਕਸ਼ਨ ਲਏਗੀ ਜਾਂ ਜਿਹੜੇ ਡੈਂਗਾ ਦਾ ਜਿਹੜਾ ਕੈਮੀਕਲ ਵਿੱਚ ਪੈਂਦਾ ਵਾ ਉਹਨਾਂ ਨੂੰ ਬੰਦ ਕਰ ਦੇਗੀ ਕਿਉਂਕਿ ਉਹਨਾਂ ਦਾ ਇੱਕ ਮੋਟਾ ਟੈਕਸ ਆ ਜਿਹੜਾ ਉਹ ਸਰਕਾਰ ਨੂੰ ਜਾਂਦਾ ਵਾ ਟੈਕਸ ਤਾਂ ਨਸ਼ੇ ਤੋਂ ਵੀ ਜਾਂਦਾ ਆਮਦਨ ਵੀ ਨਸ਼ੇ ਤੋਂ ਜਾਂਦੀ ਆ ਪਰ ਉੱਥੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਸੇ ਨਸ਼ੇ ਨਾਲ ਬੰਦੇ ਵੀ ਮਰ ਰਹੇ ਆ ਘਰਾਂ ਦੇ ਘਰ ਖਾਲੀ ਹੋ ਰਹੇ ਆ ਪਰ ਫਿਰ ਹੁਣ ਇਹ ਤਾਂ ਕੋਈ ਪਰਮਾਤਮਾ ਹੀ ਕੋਈ ਕਲਾ ਵਰਤਾਊਗਾ ਉਹੀ ਉਹਦੀ ਬੁੱਧੀ ਤੇ ਕੋਈ ਕਿਸੇ ਦੀ ਵੀ ਬੁੱਧੀ ਤੇ ਕਦੋਂ ਕਿਰਪਾ ਹੋਊਗੀ ਵੀ ਅਗਲੇ ਸਮਾਜ ਦਾ ਕੋਈ ਦਰਦ ਆ ਜਾਵੇ ਅਗਲੀਆਂ ਨਸਲਾਂ ਦਾ ਦਰਦ ਆ ਜਾਵੇ ਉਹ ਹੁਣ ਰੱਬ ਨੂੰ ਪਤਾ ਵਾ ਮਾਹੌਲ ਦੇਖ ਕੇ ਹੁਣ ਤੁਹਾਨੂੰ ਕੀ ਲੱਗਦਾ ਵੀ ਕੁਛ ਇੱਦਾਂ ਦਾ ਹੀ ਕੋਈ ਤਣਾਅ ਪੂਰਨ ਮਾਹੌਲ ਤਾਂ ਨਹੀਂ ਬਣ ਸਕਦਾ ਵਾ ਜਾਂ ਸਾਰੇ ਬੰਦੇ ਸੁਲਝੇ ਹੋਏ ਨੇ ਕੋਈ ਨਹੀਂ ਗਾ ਸਾਰੇ ਆਪਣੇ ਭੈਣ ਭਰਾਵਾਂ ਵਾਂਗੂ ਖੜੇ ਆ ਕੋਈ ਗੱਲਬਾਤ ਨਹੀਂ ਹੈਗੀ ਜੇ ਗਾਂ ਪੁਲਿਸ ਵੱਲੋਂ ਕੋਈ ਲਾਠੀ ਚਾਰਜ ਹੁੰਦਾ ਜਾਂ ਕੁਛ ਹੋਰ ਨਹੀਂ ਆਏ ਤਾਂ ਨਹੀਂ ਹਜੇ ਤਾਂ ਕੋਈ ਗੱਲਬਾਤ ਨਹੀਂ ਹੈਗੀ ਕੀ ਕਰਨਗੇ ਲਾਠੀ ਚਾਰਜ ਨਾਲ ਠੀਕ ਆ ਇਹ ਮੈਂ ਕਹਿੰਦੀ ਹਾਂ ਕਿ ਜਿਹਨਾਂ ਨੇ ਆਪਣੇ ਬੱਚੇ ਬਚਾਉਣੇ ਨੇ ਨਾ ਪੂਰੇ ਪਿੰਡਾਂ ਦੀਆਂ ਬੀਬੀਆਂ ਨੂੰ ਉਰੇ ਹੋਣਾ ਚਾਹੀਦਾ ਸੀ ਠੀਕ ਆ ਸਾਡੀਆਂ ਤਾਂ ਲੰਘ ਗਈਆਂ ਉਮਰਾਂ ਥੋੜੇ ਰਹਿ ਗਈ ਬਹੁਤੀ ਲੰਘ ਗਈ ਹਨਾ ਤੇ ਇੱਥੇ ਹੋਣਾ ਚਾਹੀਦਾ ਸੀ ਕਿ ਆਪਣੇ ਬੱਚੇ ਕਿੱਦਾਂ ਬਚਾਉਣੇ ਆ ਆਪਣੀਆਂ ਆਉਣ ਵਾਲੀਆਂ ਨਸਲਾਂ ਕਿੱਦਾਂ ਬਚਾਉਣੀਆਂ ਠੀਕ ਆ ਅੱਜ ਅਸੀਂ ਹੰਬੜਾਂ ਤੋਂ ਆਏ ਹਾਂ ਹੰਬੜਾਂ ਤੋਂ ਆਏ ਹਾਂ ਅਸੀਂ ਆ ਜਿਹੜੇ ਹੁਣ ਫਿਰਦੀਆਂ ਨੇ ਦੋ ਤਿੰਨ ਕਜਾਣੀਆਂ ਇੱਥੇ ਹਨਾ ਤੇ ਬੜਾ ਅਫਸੋਸ ਇਸ ਬਾਰੇ ਵੀ ਕੋਈ ਪੱਕਾ ਮੋਰਚਾ ਲੱਗਣਾ ਚਾਹੀਦਾ ਵਾ ਜਿਵੇਂ ਕਿਸਾਨੀ ਧਰਨਾ ਆਪਾਂ ਜਿੱਤਿਆ ਸੀਗਾ ਉਵੇਂ ਇਹ ਪਾਣੀ ਦਾ ਜਿਹੜਾ ਮਸਲਾ ਬੁੱਢੇ ਨਾਲ ਦਾ ਇਹ ਬਹੁਤ ਵੱਡਾ ਮਸਲਾ ਵਾ ਮਸਲਾ ਇਹਦੇ ਚ ਮੋਰਚੇ ਵੀ ਲਾ ਲਓ ਸਾਰਾ ਕੁਝ ਕਰ ਲਓ ਲੇਕਿਨ ਹੋਣੀ ਤਾਂ ਗੱਲ ਬੈਠ ਗਈ ਹੈ ਨਾ ਜੇ ਉਹ ਪਹਿਲਾਂ ਹੀ ਹੋ ਜਾਵੇ ਤਾਂ ਸਾਰਿਆਂ ਨਾਲੋਂ ਵਧੀਆ ਜੇ ਸਰਕਾਰ ਨਾ ਧੱਕਾ ਕਰੇ ਇਸ ਮਸਲੇ ਤੇ ਹੱਲ ਹੋ ਜਾਵੇ ਉਹ ਤਾਂ ਬੁੱਢੇ ਨਾਲੇ ਦਾ ਮਸਲਾ ਚਲੋ ਆਪਾਂ ਬੰਦ ਕਰਾ ਰਹੇ ਪਿੰਡਾਂ ਦੇ ਵਿੱਚ ਫੈਕਟਰੀਆਂ ਚ ਬੋਰ ਕਰਕੇ ਥੱਲੇ ਪਾਣੀ ਪਾਇਆ ਜਾ ਰਿਹਾ ਸਰਪੰਚਾਂ ਨੂੰ ਵੀ ਕਹਿਣਾ ਚਾਹੀਦਾ ਵੀ ਇਹ ਚੀਜ਼ ਤੇ ਮੁੱਦਾ ਉਠਾਓ ਤੁਸੀਂ ਕਿਉਂਕਿ ਸਰਪੰਚਾਂ ਨੂੰ ਐਨਓਸੀ ਲੈਣੀ ਦਿੰਦੇ ਗੱਲ ਕਰੀਏ ਨਾ ਹੰਬੜਾ ਏਰੀਆ ਹੋ ਗਿਆ ਉਧਰ ਬੇਟ ਤੱਕ ਸਾਰਾ ਉਧਰ ਦੇ ਲੋਕ ਵੀ ਬਹੁਤ ਘੱਟ ਆ ਰਹੇ ਨੇ ਕਿ ਉਧਰ ਜਾਗਰੂਕਤਾ ਘੱਟ ਆ ਜਾਂ ਲੋਕ ਆ ਕੇ ਰਾਜੀ ਨਹੀਂ ਕਾਰਨ ਕੀ ਹੈ ਇਸ ਚੀਜ਼ ਦਾ ਵੱਡਾ ਕਾਰਨ ਵੱਡਾ ਕਾਰਨ ਮੈਂ ਤੁਹਾਨੂੰ ਸੱਚ ਬੋਲਾਂ ਕਹਿੰਦੇ ਫਿਰ ਕਈਆਂ ਨੂੰ ਗੱਲ ਚੋਭ ਜਾਣੀ ਨਹੀਂ ਤੁਸੀਂ ਚੋਭ ਲੈਣ ਦੋ ਇਸ ਪਰ ਤੁਸੀਂ ਸੱਚ ਬੋਲੋ ਸੱਚ ਇਹ ਹੈ ਕਿ ਉਹ ਜਿਹੜੇ ਸਰਪੰਚ ਪੰਚ ਬਣਦੇ ਆ ਉਹ ਬੜੇ ਬੜੇ ਲੋਕ ਬਣਦੇ ਆ ਤਰਨਾਟ ਲੋਕ ਹਾਂ ਤਰਨਾਟ ਲੋਕ ਜਦੋਂ ਗਰੀਬ ਜਨਤਾ ਉੱਠ ਕੇ ਕਿਸੇ ਇਸ ਮੁੱਦੇ ਤੇ ਬੋਲਦੀ ਆ ਤੇ ਉਹਨਾਂ ਦੇ ਮਨਾਂ 'ਚ ਇਹੀ ਡਰ ਹੁੰਦਾ ਵੀ ਅੱਜ ਅਸੀਂ ਬੋਲਾਂਗੇ ਇਹ ਸਾਨੂੰ ਕਿਤੇ ਫਸਾ ਨਾ ਦੇਣ ਸਾਡੇ ਤੋਂ ਕੋਈ ਪਰਚੇ ਨਾ ਕਰਾ ਦੇਣ ਵੀ ਕੱਲ ਨੂੰ ਅਸੀਂ ਸਾਨੂੰ ਫੈਕਟਰੀ ਵਾਲੇ ਐਨਓਸੀਆਂ ਮੰਗਦੇ ਆ ਤੇ ਦਿੰਦੇ ਆ ਤੇ ਉਹਦੀ ਆੜ ਦੇ ਵਿੱਚ ਬਹੁਤ ਸਾਰਾ ਪੈਸਾ ਵੀ ਲਿਆ ਜਾਂਦਾ ਵੀ ਤੁਹਾਨੂੰ ਐਨਓਸੀ ਤਾਂ ਮਿਲੂਗੀ ਬਸ ਇਸ ਕਰਕੇ ਸਰਪੰਚ ਪੰਚ ਆਪਣੇ ਉਹਨਾਂ ਨੂੰ ਜਾਗਰੂਕ ਨਹੀਂ ਹੋਣ ਦਿੰਦੇ ਇੱਕ ਗੱਲ ਇਹ ਵੀ ਆ ਵੀ ਆਪਾਂ ਹੰਬੜਾਂ ਦੇਖ ਲਈਏ ਜੇ ਆਪਾਂ ਲੁਧਿਆਣੇ ਤੋਂ ਬਾਹਰ ਜੇ ਜ਼ਿਆਦਾ ਕਿਤੇ ਫੈਕਟਰੀ ਲੱਗੀ ਆ ਤਾਂ ਹੰਬੜਾਂ 'ਚ ਲੱਗੀ ਆ ਲੱਗੀ ਆ ਨਾ ਇਹ ਗੱਲ ਮੰਨਦੇ ਹੋ ਤੇ ਉੱਥੇ ਵੀ ਕਈ ਤਰ੍ਹਾਂ ਦਾ ਕੈਮੀਕਲ ਆ ਜਿਹੜਾ ਉਹ ਬਹੁਤ ਪੈਂਦਾ ਇਹ ਇੱਕ ਨਹੀਂ ਕਿਉਂਕਿ ਮੈਂ ਕੋਈ ਡਰ ਕੇ ਨਹੀਂ ਇਹ ਗੱਲ ਉਹ ਚੀਜ਼ ਤੇ ਉਹਨਾਂ ਫੈਕਟਰੀ ਦੇ ਖਿਲਾਫ ਵੀ ਪੱਕਾ ਧਰਨਾ ਲੱਗਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਲੱਖਾਂ ਸੁਧਾਣਿਆਂ ਨੂੰ ਹੋਣਾ ਚਾਹੀਦਾ ਸਗੋਂ ਆਪਣੇ ਲੋਕਾਂ ਨੂੰ ਉੱਥੇ ਮੂਹਰੇ ਹੋਣਾ ਹਰ ਇੱਕ ਪਿੰਡ 'ਚ ਹੋਣਾ ਚਾਹੀਦਾ ਇਹ ਕੱਲੇ ਹੰਬੜਾਂ 'ਚ ਹੀ ਨਹੀਂ ਹਰ ਇੱਕ ਪਿੰਡ 'ਚ ਹੋਣਾ ਚਾਹੀਦਾ ਕਿ ਉੱਥੇ ਪਾਣੀ ਪੈਣਾ ਬੰਦ ਕਰਨਾ ਹੰਬੜਾਂ ਦੇ ਨਾਲ ਦੇ ਜਿਹਨੇ 10-15 ਪਿੰਡ ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਸਾਰਿਆਂ ਨੂੰ ਇਕੱਠਾ ਹੋਣਾ ਦੇਖੋ ਇਹ ਮਸਲਾ ਕਿਸੇ ਇੱਕ ਪਿੰਡ ਦਾ ਨਹੀਂ ਹੈਗਾ ਜਾਂ ਇੱਕ ਕੱਲਾ ਲੱਖੇ ਸੁਧਾਣੇ ਦਾ ਨਹੀਂ ਹੈਗਾ ਇਹ ਅੱਜ ਆ ਹੁਣ ਮੈਂ ਬੀਜੇਪੀ 'ਚ ਮੈਂ ਇੱਥੇ ਮੈਂ ਬੀਜੇਪੀ ਦੀ ਹਾਂ ਤਾਂ ਵੀ ਇੱਥੇ ਆਇਆ ਹਾਂ ਵਾਈਸ ਪ੍ਰੈਜ਼ੀਡੈਂਟ ਆ ਮਹਿਲਾ ਮੋਰਚਾ ਦੀ ਠੀਕ ਆ ਮੈਂ ਇੱਥੇ ਖੜੀ ਆ ਕਿਉਂਕਿ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਇਹ ਸਾਡੀ ਇੱਕ ਇਨਸਾਨੀਅਤ ਦੇ ਨਾਤੇ ਤੇ ਸਾਡੀਆਂ ਨਸਲਾਂ ਬਚਾਉਣ ਦੇ ਨਾਤੇ ਅਸੀਂ ਉਰੇ ਆਏ ਆ ਠੀਕ ਹੈ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੋਂ ਮੈਂ ਕੈਮਰਾ ਕਹਿੰਦਾ ਵੀ ਇੱਥੇ ਬਾਕੀ ਮਾਹੌਲ ਵੀ ਦਿਖਾਇਆ ਜਾਵੇ ਇੱਥੇ ਜਿਹੜਾ ਬੈਨਰ ਫੜ ਕੇ ਲੋਕ ਖੜੇ ਹੋਏ ਨੇ ਅਤੇ ਲਿਖਿਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਬਚਾਇਆ ਜਾ ਸਕਦਾ ਹੈ ਪਰ ਬਣਾਇਆ ਨਹੀਂ ਜਾ ਸਕਦਾ ਦਾਦਾ ਜੀ ਨੇ ਨਦੀ ਵਿੱਚ ਪਾਣੀ ਦੇਖਿਆ ਸੀ ਪਿਤਾ ਜੀ ਨੇ ਖੂਹ ਵਿੱਚ ਦੇਖਿਆ ਅਤੇ ਅਸੀਂ ਨਲਕਿਆਂ ਦੇ ਵਿੱਚ ਦੇਖਿਆ ਬੱਚਿਆਂ ਨੇ ਬੋਤਲ ਵਿੱਚ ਅਤੇ ਉਹਨਾਂ ਦੇ ਬੱਚੇ ਪਾਣੀ ਕਿੱਥੇ ਦੇਖਣਗੇ ਬਹੁਤ ਡੂੰਘੀ ਗੱਲ ਲਿਖੀ ਗਈ ਆ ਬਾਈ ਹੁਣਾਂ ਵੱਲੋਂ ਮੈਂ ਕੈਮਰਾ ਮੈਨੂੰ ਕਹੂੰਗਾ ਵੀ ਬਾਈ ਨੂੰ ਦਿਖਾਇਆ ਜਾਵੇ ਇਹਨਾਂ ਨੇ ਬੈਨਰ ਲਿਖ ਕੇ ਲਾਇਆ ਹੋਇਆ ਵਾ ਬਹੁਤ ਡੂੰਘੀ ਗੱਲ ਕੀਤੀ ਆ ਵੀ ਦਾਦੇ ਉਹਨਾਂ ਨੇ ਸਾਡਿਆਂ ਨੇ ਨਦੀ 'ਚ ਪਾਣੀ ਦੇਖਿਆ ਸੀ ਉੱਥੋਂ ਪੀ ਵੀ ਲੈਂਦੇ ਸੀ
ਅਤੇ ਜਦੋਂ ਸਾਡੇ ਪਿਤਾ ਜੀ ਉਹਨਾਂ ਦਾ ਟਾਈਮ ਆਇਆ ਉਦੋਂ ਖੂਹ 'ਚ ਪਾਣੀ ਆ ਗਿਆ ਸੀਗਾ ਅਤੇ ਖੂਹਾਂ ਤੋਂ ਲੋਕ ਟੰਡਾਂ 'ਚੋਂ ਪਾਣੀ ਭਰਦੇ ਸੀ ਅਤੇ ਘਰਾਂ 'ਚ ਲੈ ਕੇ ਜਾਇਆ ਕਰਦੇ ਸੀਗੇ ਅਤੇ ਉਸ ਤੋਂ ਬਾਅਦ ਨਲਕੇ ਹੁੰਦੇ ਸੀ ਜਿਹੜੇ ਅੱਜ ਕੱਲ੍ਹ ਉਹ ਵੀ ਗਾਇਬ ਹੋ ਗਏ ਜੇ ਆਪਾਂ ਦੇਖੀਏ ਤਾਂ ਨਲਕੇ ਵੀ ਗਾਇਬ ਹੋ ਗਏ ਨਲਕਿਆਂ ਦੇ ਵਿੱਚ ਪਾਣੀ ਹਾਲਾਂਕਿ ਅਸੀਂ ਆਪ ਬਹੁਤ ਪੀਤਾ ਵਾ ਪਰ ਹੁਣ ਦੇਖੀਏ ਜੇ ਹੁਣ ਨਲਕੇ ਵੀ ਗਾਇਬ ਹੋ ਗਏ ਅਤੇ ਹੁਣ ਜਿਹੜਾ ਸ਼ੁਰੂ ਹੋਇਆ ਵਾ ਉਹ ਬੋਤਲਾਂ ਵਾਲਾ ਪਾਣੀ ਸ਼ੁਰੂ ਹੋ ਗਿਆ ਅਤੇ ਬਾਈ ਹੁਣੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਦਾ ਅਤੇ ਕਿੱਥੋਂ ਆਏ ਹੋ ਵੀਰੇ ਅਸੀਂ ਬਾਸੀਆਂ ਬੇਟਮੈਂਟ ਤੋਂ ਆਏ ਹਾਂ ਬਾਸੀਆਂ ਬੇਟ ਤੋਂ ਆਏ ਹਾਂ ਕੀ ਨਾਮ ਆ ਜੀ ਸੇਵਾ ਸਿੰਘ ਸੇਵਾ ਸਿੰਘ ਤੁਹਾਡਾ ਕੀ ਨਾਮ ਆ ਅਮਰਜੀਤ ਸਿੰਘ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਬੜੀ ਵਧੀਆ ਗੱਲ ਤੁਸੀਂ ਲਿਖੀ ਹੈ ਇਹ ਕਿਹਨੇ ਲਿਖੀ ਹੈ ਲਿਖਿਆ ਕਿ ਕਿੱਥੋਂ ਦੇਖਿਆ ਸੀਗਾ ਕਿ ਆਪ ਲਿਖਿਆ ਆਪ ਹੀ ਲਿਖਿਆ ਜੀ ਅੱਛਾ ਆਪ ਹੀ ਲਿਖਿਆ ਜੀ ਰਾਈਟਰ ਵੀ ਹਾਂਜੀ ਠੀਕ ਹੈ ਜੀ ਬਹੁਤ ਸੋਹਣੀ ਗੱਲ ਲਿਖੀ ਆ ਇੱਕ ਗੱਲ ਤੁਸੀਂ ਬਹੁਤ ਵਧੀਆ ਲਿਖੀ ਹੈ ਇੱਥੇ ਵੀ ਪਹਿਲਾਂ ਨਦੀਆਂ 'ਚ ਪਾਣੀ ਹੁੰਦਾ ਸੀ ਅਤੇ ਹੁਣ ਨਲਕੇ ਤੱਕ ਗਾਇਬ ਹੋ ਗਏ ਤੇ ਬੋਤਲਾਂ 'ਚ ਪਾਣੀ ਚੱਲ ਪਿਆ ਬੋਤਲਾਂ ਵਾਲਾ ਪਾਣੀ ਵੀ ਹੈ ਜਿਹੜਾ ਉਹ 'ਚ ਕਹਿੰਦੇ ਵੀ ਤੱਤ ਤੁੱਤ ਹੁੰਦੇ ਨਹੀਂ ਇੰਨੇ ਹਨਾ ਵੀ ਫਿਲਟਰ ਫੁਲਟਰ ਚੱਲ ਪਿਆ ਹਾਂਜੀ ਤੇ ਕੀ ਕਹੋਗੇ ਹੁਣ ਬੁੱਢੇ ਨਾਲੇ ਦੇ ਮਸਲੇ ਤੇ ਅੱਜ ਬੁੱਢੇ ਨਾਲੇ ਦੇ ਵਿੱਚ ਜੀ ਜਿਹੜਾ ਗੰਦਾ ਪਾਣੀ ਆ ਫੈਕਟਰੀਆਂ ਦਾ ਇਹ ਬੰਦ ਹੋਣਾ ਚਾਹੀਦਾ ਬੁੱਢਾ ਨਾਲਾ ਨਹੀਂ ਬੁੱਢਾ ਦਰਿਆ ਸੀ ਇਹ ਪਹਿਲਾਂ ਅਸੀਂ ਚਾਹੁੰਦੇ ਵੀ ਇਹ ਉਸੇ ਤਰ੍ਹਾਂ ਬੁੱਢਾ ਦਰਿਆ ਹੀ ਬਣੇ ਨਾਲਾ ਨਾ ਬਚੇ ਇਸ ਲਈ ਇਹ ਫੈਕਟਰੀਆਂ ਦਾ ਪਾਣੀ ਇਹ 'ਚ ਪੈਣਾ ਬੰਦ ਕੀਤਾ ਜਾਵੇ ਕਿੰਨੀ ਉਮਰ ਕਿੰਨੀ ਆਈ ਤੁਹਾਡੀ ਮੇਰੀ 57 ਸਾਲ ਆਈ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਵੀ ਬਾਕੀ ਵੀ ਦਿਖਾਓ ਇੱਥੇ ਵੀ 57 ਸਾਲ ਦੀ ਉਮਰ 'ਚ ਇਕੱਲੇ ਇਹੀ ਨਹੀਂ ਪਤਾ ਨਹੀਂ ਕਿੰਨੇ ਬਜ਼ੁਰਗ ਇੱਥੇ ਆਏ ਹੋਏ ਨੇ ਤੇ ਬਾਬਾ ਜੀ ਕਿਤੇ ਨਾ ਕਿਤੇ ਸਿਹਤ ਵੀ ਜਵਾਬ ਦਿੰਦੀ ਹੋਊਗੀ ਕਦੇ ਕੋਈ ਦਵਾਈ ਟੁੱਕ ਚੱਲਦਾ ਹੋਊਗਾ ਪਰ ਫੇਰ ਵੀ ਤੁਸੀਂ ਪੰਜਾਬ ਦੇ ਮੁੱਦੇ ਦੇ ਲਈ ਅੱਜ ਡਟ ਕੇ ਖੜੇ ਹੋ ਤੇ ਸਾਡੀ ਜ਼ਮੀਰ ਜਾਗਦੀ ਹੈ ਜੀ ਅਸੀਂ ਇਸ ਕਰਕੇ ਆਏ ਹਾਂ ਜੀ ਜਿਨ੍ਹਾਂ ਦੀ ਹੁਣ ਨਹੀਂ ਜ਼ਮੀਰ ਜਾਗਦੀ ਕੱਲ ਨੂੰ ਸਾਡੇ ਬੱਚੇ ਕੈਂਸਰ ਨਾ ਮਰਨਗੇ ਬਿਮਾਰੀਆਂ ਨਾ ਮਰਨਗੇ ਉਦੋਂ ਪਹਿਲਾਂ ਅਸੀਂ ਸਾਨੂੰ ਸਭ ਨੂੰ ਅਸੀਂ ਕਹਾਂਗੇ ਵੀ ਆਓ ਇੱਥੇ ਇਕੱਠ ਦੇ ਵਿੱਚ ਆ ਕੇ ਸਾਥ ਦਿਓ ਲੱਖੇ ਸਦਾਨ ਪਿੱਛੇ ਤਾਂ ਨਹੀਂ ਹਟਦੇ ਨਹੀਂ ਜੀ ਸਾਥ ਡਟ ਕੇ ਹਾਂ ਡਟ ਕੇ ਸਾਥ ਦਵਾਂਗੇ ਕਿੰਨੇ ਜਾਣੇ ਆਇਓ ਫਿਰ ਅਸੀਂ 6-7 ਜਾਣੇ ਆਏ ਹਾਂ ਜੀ 6-7 ਜਾਣੇ ਆਏ ਹਾਂਜੀ ਪੂਰੇ ਬਾਸੀਆਂ 'ਚ ਹੋਰ ਵੀ ਲਿਆਉਣੇ ਚਾਹੀਦੇ ਹਾਂਜੀ ਹਾਂਜੀ ਹੈ ਜੀ ਮੈਂ ਕਿਹਾ ਬਾਸੀਆਂ ਬੇੜ 'ਚ ਹੋਰ ਵੀ ਬੰਦੇ ਆਉਣੇ ਚਾਹੀਦੇ ਆਉਣੇ ਚਾਹੀਦੇ ਆ ਜੀ ਪਰ ਹੁਣ ਨਹੀਂ ਆਏ ਕੀ ਕਰ ਸਕਦੇ ਜਾਗਰੂਕਤਾ ਦੀ ਕਮੀ ਹੈ ਜਾਂ ਕੀ ਚੀਜ਼ ਆ ਕਿਸੇ ਨੂੰ ਪਤਾ ਨਹੀਂ ਜਾਂ ਆ ਕੇ ਰਾਜ ਨੇ ਵੀ ਛੱਡ ਕੇ ਗੱਲ ਇਹ ਆ ਉਹ ਕਹਿੰਦਾ ਵੀ ਭਗਤ ਸਿੰਘ ਹੋ ਗਵਾਂਢੀ ਦੇ ਜੰਮੇ ਮੇਰੇ ਨਾ ਜੰਮੇ ਮੇਰੇ ਨਾ ਜੰਮੇ ਗੱਲ ਤਾਂ ਇਹ ਅਗਲਾ ਕਹਿੰਦਾ ਮੈਂ ਨਾ ਕਿਤੇ ਇਹਦੇ ਵਿੱਚ ਜਾ ਕੇ ਫਸ ਜਾਵਾਂ ਬਈ ਮੇਰੇ ਤੇ ਨਾ ਕੋਈ ਪਰਚਾ ਹੋ ਜਾਵੇ ਇਸ ਕਰਕੇ ਡਰਦੇ ਆ ਕੋਈ ਇਸ ਕਰਕੇ ਨਹੀਂ ਆਉਂਦੇ ਗੇ ਲੋਕ ਜਾਗਰਤਾ ਕਿਉਂ ਨਹੀਂ ਹੈਗੀ ਹੁਣ ਤਾਂ ਮੀਡੀਆ ਮੀਡੀਆ ਦਾ ਜ਼ਮਾਨਾ ਵਾ ਹੁਣ ਤਾਂ ਇਕੱਲੇ ਇਕੱਲੇ ਬੱਚੇ ਬੱਚੇ ਨੂੰ ਪਤਾ ਇਸ ਗੱਲ ਦਾ ਹਾਂਜੀ ਤੇ ਫੈਕਟਰੀ ਵਾਲੇ ਵੱਲੋਂ ਇਹ ਵੀ ਕਿਹਾ ਗਿਆ ਸੀ ਵੀ ਅਸੀਂ 1,00,000 ਬੰਦਾ ਮੂਰੇ ਖੜਾ ਆਵਾਂਗੇ ਵੀ ਦੇਖਦੇ ਆ ਫਿਰ ਕਿਹੜਾ ਆਉਂਦਾ ਕੋਈ ਨਾ ਫਿਰ ਅਸੀਂ ਵੀ ਖੜੇ ਆ ਅਸੀਂ ਕਿਹੜਾ ਪਿੱਛੇ ਹਟਣ ਲੱਗੇ ਆ ਮਰਨਾ ਤਾਂ ਇੱਕ ਦਿਨ ਹੈਗਾ ਹੀ ਆ ਹਾਂਜੀ ਵੀਰੇ ਤੁਸੀਂ ਆ ਮੋਬਾਈਲ ਦੇ ਵਿੱਚ ਮੈਂ ਦਿਖਾਣਾ ਚਾਹੁੰਦਾ ਭਗਵੰਤ ਮਾਨ ਸੀਐਮ ਨਹੀਂ ਸੀ ਪੰਜਾਬ ਦਾ ਤੇ ਉਦੋਂ ਕੀ ਸੀ ਦੇਖਦੇ ਦੇਖ ਸਕਦੇ ਹੋ ਬਾਈ ਦਿਖਾਉਣਾ ਚਾਹੁੰਦਾ ਵਾ ਵੀ ਜਦੋਂ ਭਗਵੰਤ ਮਾਨ ਸੀਐਮ ਨਹੀਂ ਸੀ ਇੱਕ ਵੀਡੀਓ ਉਹਨਾਂ ਦੀ ਜਾਂ ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਬਹੁਤ ਸਾਰੇ ਪਿੰਡਾਂ 'ਚ ਚਾਈਲਡਲੈਸ ਕਪਲ ਇਹਨਾਂ ਦੇ ਬੱਚੇ ਨਹੀਂ ਹੁੰਦੇ ਇਹ ਵਾਲੀ ਵੀਡੀਓ ਇਹਨਾਂ ਦੀ 6 ਸਾਲ ਪਹਿਲਾਂ ਦੀ ਆ ਇਹ ਵੀਡੀਓ ਵਿੱਚ ਕੀ ਕਹਿ ਰਹੇ ਆ ਵੈਸੇ ਉਹ ਇੱਥੇ ਰਸ਼ 'ਚ ਸੁਣਨ ਕਹਿ ਰਹੇ ਨੇ ਕਿ ਜਦੋਂ ਮੌਜੂਦਾ ਸਰਕਾਰ 'ਚ ਇਹ ਸੀਐਮ ਨਹੀਂ ਸੀ ਇਹ ਕਹਿ ਰਹੇ ਸੀ ਬੁੱਢਾ ਦਰਿਆ ਦਾ ਮੁੱਦਾ ਬਹੁਤ ਗੰਭੀਰ ਆ ਤੇ ਉਧਰ ਮਾਲਵੇ ਏਰੀਏ 'ਚ ਰਾਜਸਥਾਨ ਏਰੀਏ 'ਚ ਪਾਣੀ ਜਾਂਦਾ ਜਿਹੜਾ ਕੈਂਸਰ ਚਿੱਟੇ ਵਾਲ ਹੋ ਰਹੇ ਨੇ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਚਮੜੀ ਰੋਗ ਲੱਗ ਰਹੇ ਨੇ ਕੀ ਹੁਣ ਚਮੜੀ ਰੋਗ ਲੱਗਣੇ ਬੰਦ ਹੋ ਗਏ ਨੇ ਕੈਪਟਨ ਸਾਹਿਬ ਵਾਂਗੂ ਹੁਣ ਕਮਰੇ ਤੋਂ ਬਾਹਰ ਨੀ ਨਿਕਲਦੇ ਜਦੋਂ ਦਾ ਉਹਨਾਂ ਨੇ ਵਿਆਹ ਕਰਾਇਆ ਹੈ ਮੇਰੇ ਹਿਸਾਬ ਨਾਲ ਉਹਨਾਂ ਨੂੰ ਨਿਕਲ ਕੇ ਬਾਹਰ ਦੇਖਣਾ ਚਾਹੀਦਾ ਕਿਉਂਕਿ ਅਸੀਂ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਤਾਂ ਪਾਈ ਸੀ ਅਸੀਂ ਉਹਨਾਂ ਨਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਆ ਸੀ ਸਾਨੂੰ ਇੱਕ ਨਵਾਂ ਬਦਲਾਵ ਆ ਪਛਤਾਵਾ ਹੋ ਰਿਹਾ ਕੋਈ ਪਛਤਾਵਾ 100% ਹੋ ਰਿਹਾ ਕੁਛ ਨਹੀਂ ਇਹਨਾਂ ਨੇ ਕੀਤਾ 3 ਸਾਲਾਂ 'ਚ ਤੇ ਵੀ 2 ਸਾਲਾਂ 'ਚ ਇਹਨਾਂ ਦਾ ਜਲੂਸ ਨਿਕਲਣਾ 92 MLA ਬਣੇ ਸੀ 92 ਵੋਟਾਂ ਨਹੀਂ ਪੈਣੀਆਂ ਇਹਨਾਂ ਨੂੰ ਇਹ ਲੋਕਾਂ ਨੂੰ ਪਤਾ ਲੱਗ ਗਿਆ 27 'ਚ ਫਿਰ ਆਊ ਭਗਵੰਤ ਮਾਨ ਸਰਕਾਰ ਇਹ ਤਾਂ ਜੀ ਹੁਣ ਲੋਕਾਂ ਦਾ ਲੋਕੀ ਉੱਥੇ ਆ ਉਹਨੂੰ ਕੀ ਲਾਭ ਨਹੀਂ ਜੀ ਨਹੀਂ ਹੁਣ ਬਣਨੀਆਂ ਸੀਟਾਂ ਆ ਜਾਣਗੀਆਂ ਹਾਂਜੀ ਕਿੰਨੀਆਂ ਸੀਟਾਂ ਲੈ ਜੀ 10-12 ਸੀਟਾਂ ਮਿਲਣਗੀਆਂ ਜੀ ਉਸ ਤੋਂ ਬਾਅਦ ਤੋਂ ਵੱਧ ਨਹੀਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਰਨਾ ਇਹਨਾਂ ਨੇ ਵੀ ਕੁਛ ਪਤਾ ਨਹੀਂ ਲੱਗ ਗਿਆ ਹੁਣ ਲੋਕ ਪੰਜਾਬੀਆਂ ਤੋਂ ਬਦਲਾਅ ਵੀ ਹੈ ਨਹੀਂ ਸਾਨੂੰ ਤਾਂ ਆਪ ਸਮਝ ਨਹੀਂ ਆ ਰਹੀ ਹੁਣ ਕਿਹੜੀ ਪਾਰਟੀ ਨੂੰ ਅੱਗੇ ਆਉਣ ਵਾਲੇ ਟਾਈਮ 'ਚ ਅਸੀਂ ਕਿਹਨੂੰ ਵੋਟ 'ਚ ਹਮਾਇਤ ਕਰਾਂਗੇ ਕੈਮਰਾਮੈਨ ਕਹੂੰਗਾ ਇੱਥੇ ਬਾਈ ਉਹਨਾਂ ਨੂੰ ਦਿਖਾਇਆ ਜਾਵੇ ਨੌਜਵਾਨ ਵੀਰ ਸਾਡੇ ਆਏ ਹੋਏ ਨੇ ਇਹਨਾਂ ਨੇ ਲਿਖਿਆ ਹੋਇਆ ਵੀ ਜੋ ਪਾਣੀ ਨੂੰ ਬਚਾਏਗਾ ਸਮਝਦਾਰ ਉਹ ਕਹਿਲਾਏਗਾ ਜੋ ਪਾਣੀ ਨੂੰ ਬਚਾਏਗਾ ਸਮਝਦਾਰ ਉਹ ਕਹਿਲਾਏਗਾ ਇਸ ਤਰ੍ਹਾਂ ਦੇ ਬੈਨਰ ਇੱਥੇ ਫੜੇ ਗਏ ਨੇ ਤੇ ਇੱਧਰ ਵੀ ਬਾਈ ਨੇ ਬਹੁਤ ਵਧੀਆ ਬੈਨਰ ਫੜਿਆ ਹੋਇਆ ਵਾ ਫੈਕਟਰੀਆਂ ਦੇ ਧੂੰਏ ਦੀ ਫੋਟੋ ਆ ਤੇ ਧਰਤੀ ਨੂੰ ਲਿਖਿਆ ਹੋਇਆ ਵੀ ਧਰਤੀ ਨੂੰ ਸਾਫ਼ ਰੱਖਣਾ ਸਾਡਾ ਪਹਿਲਾ ਫਰਜ਼ ਆ ਪਵਨ ਗੁਰੂ ਇਹ ਗੱਲ ਗੁਰਬਾਣੀ 'ਚ ਵੀ ਆ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਿਹੜਾ ਪਵਨ ਆ ਆਹ ਦੇਖੋ ਤੁਸੀਂ ਗੁਰੂ ਮੰਨਿਆ ਹੋਇਆ ਵਾ ਤੇ ਹਵਾ ਨੂੰ ਸਾਫ਼ ਰੱਖੀਏ ਪਾਣੀ ਪਿਤਾ ਪਾਣੀ ਨੂੰ ਸਾਫ਼ ਰੱਖੀਏ ਤੇ ਮਾਤਾ
ਆਪਾਂ ਸਭ ਜਾਣਦੇ ਹਾਂ ਟੈਂਕਾਂ ਦੇ ਵਿੱਚ ਬੋਰ ਕੀਤੇ ਹੋਏ ਆ, ਪਾਣੀ ਦਿਨ ਰਾਤ ਧਰਤੀ 'ਚ ਪੈ ਰਿਹਾ। ਜੇ ਉਹਦੇ ਵਿੱਚੋਂ ਜੋ ਪਾਣੀ ਨਿਕਲ ਰਿਹਾ ਆ, ਪੋਲਿਊਸ਼ਨ ਬੋਰਡ ਵੀ ਇੱਥੇ ਹੀ ਆ, ਜੇ ਸਾਡਾ ਇੱਥੇ 10-12 ਪੜਿਆਂ ਦਾ ਇੰਨਾ ਦਿਮਾਗ ਕੰਮ ਕਰਦਾ ਆ ਤੇ ਜਿਹੜੇ ਐਡੇ ਐਡੀਆਂ ਪੋਸਟਾਂ ਦੇ ਬੈਠੇ ਆ, ਸਾਤੋਂ ਤਾਂ ਕਈ ਗੁਣਾ ਤੇਜ਼ ਦਿਮਾਗ ਉਹਨਾਂ ਦਾ ਕਿ ਨਹੀਂ ਹੈਗਾ। ਉਹ ਲੱਖਾਂ ਬੰਦਾ ਜਾਂਦੀ ਇੰਟਰਵਿਊਆਂ ਦੇ ਵਿੱਚੋਂ 2-4 ਬੰਦੇ ਪਾਸ ਹੋ ਕੇ ਉਹਨਾਂ ਉਹਨਾਂ ਦੇਖ ਸਕਦੇ ਹੋ ਵੀ ਉਧਰ ਪੁਲਿਸ ਆ ਜਿਹੜੀ ਉਹ ਲਗਾਤਾਰ ਅੱਗੇ ਵੱਧ ਰਹੀ ਆ। ਦੇਖ ਸਕਦੇ ਹੋ ਪੁਲਿਸ ਦੇ ਨਾਲ ਕਈਆਂ ਦੀ ਗੱਲਬਾਤ ਹੋ ਰਹੀ ਆ। ਮੈਂ ਕੈਮਰਾਮੈਨ ਕਹੂੰਗਾ ਵੀ ਅੱਗੇ ਆਇਆ ਜਾਵੇ ਤੇ ਦਿਖਾਇਆ ਜਾਵੇ ਪੁਲਿਸ ਦੀ ਜਿਹੜੀ ਆ ਗੱਲਬਾਤ ਹੋ ਰਹੀ ਆ। ਵੱਡੇ ਅਫਸਰ ਇੱਥੇ ਮੌਜੂਦ ਨੇ, ਦੇਖ ਸਕਦੇ ਹੋ ਕੀ ਗੱਲਬਾਤ ਹੋ ਰਹੀ ਆ। ਤੁਹਾਨੂੰ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਨਹੀਂ ਸਰਕਾਰ ਦਾ ਤਾਂ ਕਿੰਨਾ ਚਿਰ ਤੱਕ ਉਹ ਹੋ ਰਿਹਾ ਵਾ ਜੀ, ਸਰਕਾਰ ਦਾ ਮਤਲਬ ਲੱਖਾਂ ਬਾਈ ਪਹੁੰਚ ਚੁੱਕਿਆ ਵਾ, ਲੱਖਾਂ ਸਦਾਣਾ ਪਹੁੰਚ ਚੁੱਕਿਆ ਵਾ, ਲੱਖਾਂ ਸਦਾਣਾ ਇੱਥੇ ਪਹੁੰਚ ਚੁੱਕਿਆ ਵਾ ਬਾਈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ, ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਭੱਜ ਦੌੜ ਪੈ ਗਈ ਆ, ਤੁਸੀਂ ਦੇਖ ਸਕਦੇ ਹੋ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਅੱਗੇ ਆ ਕੇ ਦਿਖਾਇਆ ਜਾਵੇ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਲੱਖਾਂ ਸਦਾਣਾ ਦੀ ਟੀਮ ਦੇ ਮੈਂਬਰ ਆ ਜਿਹੜੇ ਉਹ ਇੱਥੇ ਪਹੁੰਚ ਗਏ ਨੇ, ਹਾਲਾਂਕਿ ਬਹੁਤ ਹਰ ਜਗ੍ਹਾ ਨਾਕੇ ਲਗਾਏ ਗਏ ਸੀਗੇ। ਬਾਈ ਵਾਧੂ ਇਕੱਠਾ ਵਾਧੂ ਕਵਰਾ ਬਈ ਤਾਂ ਸਰਕਾਰ ਹਾਈਵੇ ਜਾਏ, ਏਦਾਂ ਸੈਂਟਰ ਦਾ ਤਾਂ ਮੋਦੀ ਜੋ ਧਰਨਾ ਲਾ ਕੇ ਬੈਠ ਰਹੀ ਹੈ ਕੀ ਆ ਇਹਨਾਂ ਨੇ ਕੋਈ ਆ ਜਾਏ, ਇਹਨਾਂ ਨੇ ਹੁਣ ਪੰਜਾਬੀਆਂ ਦੇ ਸਹੀ ਭਈਏ ਇਕੱਠੇ ਕੀਤੇ ਨੇ, ਸਿਰਫ ਹੁਣ ਭਈਏ ਚੜ ਕੇ ਆਉਣਗੇ। ਮੈਂ ਕਹਿੰਦਾ ਜਿੰਨਾ 1-1.5 ਲੱਖ ਬੰਦਾ ਚੜ ਗਿਆ ਦਿਖਾਵਾਂਗੇ ਕੀ ਭਾਵ ਵਿਕਦੀ ਆ। ਪਟਿਆਲੇ ਤੋਂ ਬਾਈ ਜੀ, ਪਟਿਆਲੇ ਤੋਂ ਉਹਨਾਂ ਨੂੰ ਕਹਿੰਦਾ ਹੱਥ ਬੰਨ ਕੇ ਮੇਰੇ ਨਾਲ ਖੜੋ, ਪਾਣੀ ਆਪਣੇ ਹੱਕ ਦਾ ਵਾ, ਪਾਣੀ ਨੀ ਖੜਨਾ ਪੈਣਾ ਵਾ, ਇਹ ਪਾਣੀ ਆਪਣੇ ਜਵਾਕਾਂ ਨੇ ਪੀਣਾ ਵਾ। ਆਪਾਂ ਤਾਂ ਕੈਮੀਕਲ ਪੀ ਜਾਂਦੇ ਆ ਪਹਿਲਾਂ ਹੀ, ਠੀਕ ਆ, ਦੁੱਧ ਚ ਮਿਲਾਵਟ ਆਈ ਜਾਂਦੀ ਆ, ਗਲਤ ਮੰਗਦਾ ਨੀ ਕੀਤੀ, ਗਲਤ ਮੰਗਦਾ ਸੀ ਬਾਈ ਜੀ। ਇੱਕ ਗੱਲ ਸੁਣੋ, ਜੇ ਚਿੱਟਾ ਫੜਨ ਨੂੰ ਪੁਲਿਸ ਇੰਨੀ ਐਕਟਿਵ ਹੋਏ ਨਾ, 2 ਮਿੰਟ ਚਿੱਟਾ ਬੰਦ ਹੋ ਜਾਏ 2 ਘੰਟੇ ਚ, ਜਿੰਨਾ ਇੱਧਰ ਪੁਲਿਸ ਕੜੀ ਕੀਤੀ ਗਈ ਹੋਇਆ ਪੰਜਾਬੀਆਂ ਲਈ, ਪੰਜਾਬੀ ਮੁੰਡੇ ਨੇ ਉਹ ਵੀ ਜਿਹੜੇ ਖੜਾਏ ਹੋਏ ਨੇ, ਕੋਈ ਬੰਦਾ ਉਹਦੇ ਗ੍ਰਿਫਤਾਰ ਕੀਤਾ ਗਿਆ ਲਈ ਬੜੇ ਬੱਸਾਂ ਦੇ ਬੱਸਾਂ ਗਈਆਂ ਨੇ ਸਾਨੇ, ਇੱਕ ਬੰਦਾ ਨੀ ਬੱਸਾਂ ਦੇ ਬੱਸਾਂ, ਕੋਈ ਗਿਣਤੀ ਕਿੰਨੀ ਕੋ ਬਈ ਕੀ ਗਿਣਤੀ, ਜਿੰਨੇ ਅਸੀਂ ਦੇਖੇ ਨੇ ਇਸ ਤੋਂ 10 ਬੱਸਾਂ ਮੈਂ ਦੇਖੀਆਂ ਨੇ ਜਿਹੜੇ ਲੋਡ ਹੋ ਕੇ ਗਈਆਂ ਨੇ, ਡਿਟੇਨ ਕਰਕੇ ਲੈ ਗਈ ਤੁਹਾਡੇ ਸਾਹਮਣੇ ਹੀ ਆ ਭਾਜੀ। ਜੇ ਇੰਨਾ ਦਮ ਚਿੱਟਾ ਫੜਨ ਨੂੰ ਲਾਇਆ ਹੁੰਦਾ ਤੇ ਅੱਜ ਨਖਰਾ ਹੋਗਾ ਪੰਜਾਬ ਦੇ। ਦੇਖ ਸਕਦੇ ਹੋ ਪੁਲਿਸ ਆ ਜਿਹੜੀ ਉਹ ਫੜ ਕੇ ਲਿਜਾ ਰਹੀ ਆ, ਤੁਸੀਂ ਦੇਖ ਸਕਦੇ ਹੋ ਗ੍ਰਿਫਤਾਰੀਆਂ ਜਿਹੜੀਆਂ ਹੋ ਰਹੀਆਂ ਨੇ ਬਾਈ ਜੀ, ਗ੍ਰਿਫਤਾਰ ਕਰ ਰਹੇ ਹੋ, ਗ੍ਰਿਫਤਾਰੀ ਦੇਵਾਂਗੇ, ਗ੍ਰਿਫਤਾਰੀਆਂ ਦੇਖੋ ਸਰ ਪ੍ਰਸ਼ਾਸਨ ਦਾ, ਦੇਖ ਸਕਦੇ ਹੋ ਤੁਸੀਂ, ਦੇਖ ਸਕਦੇ ਹੋ ਪੁਲਿਸ ਆ ਜਿਹੜੀ ਉਹ ਫੜ ਕੇ ਲਿਜਾ ਰਹੀ ਆ, ਦੇਖ ਸਕਦੇ ਹੋ ਇੱਥੇ ਪੂਰੀ ਧੱਕਾ ਮੁੱਕੀ ਹੋ ਰਹੀ ਆ, ਦੇਖ ਸਕਦੇ ਹੋ ਬਜ਼ੁਰਗਾਂ ਨੂੰ ਧੱਕੇ ਪੈ ਰਹੇ ਨੇ ਇੱਥੇ ਅਤੇ ਉਹਨਾਂ ਨੂੰ ਫੜ ਕੇ ਲਿਜਾਇਆ ਜਾ ਰਿਹਾ ਵਾ, ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਨੂੰ ਇੱਥੇ ਲਿਜਾਇਆ ਜਾ ਰਿਹਾ ਵਾ, ਪੂਰੀ ਧੱਕਾ ਮੁੱਕੀ ਹੋ ਰਹੀ ਆ, ਪੁਲਿਸ ਦੀ ਧੱਕਾ ਮੁੱਕੀ ਹੋ ਰਹੀ ਆ, ਇੱਕ ਪਾਸੇ ਲੱਖਾਂ ਦੇ ਸਮਰਥਕ ਲੱਗੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਪੂਰਾ ਰੌਲਾ ਪੈ ਰਿਹਾ ਵਾ, ਪੁਲਿਸ ਦੇ ਨਾਲ ਧੱਕਾ ਮੁੱਕੀ ਜਿਹੜੀ ਹੋ ਰਹੀ ਆ ਤੇ ਹਾਲਾਂਕਿ ਉਹਨਾਂ ਦੇ ਵੱਲੋਂ ਛੁਡਾਇਆ ਜਾ ਰਿਹਾ ਵਾ, ਪੁਲਿਸ ਦੇ ਚੰਗਲ ਦੇ ਵਿੱਚੋਂ ਬਚ ਕੇ ਨਿਕਲ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਸਾਨੂੰ ਕੋਈ ਡਰ ਨਹੀਂ ਬਈ ਗ੍ਰਿਫਤਾਰੀਆਂ ਦਾ, ਪਰ ਅਸੀਂ ਬੇਫਜ਼ੂਲੀ ਗ੍ਰਿਫਤਾਰੀ ਕਿਉਂ ਦਈਏ ਬਾਈ, ਅਸੀਂ ਬਰਨਾਲੇ ਤੋਂ ਆਇਆ, ਪਾਣੀ ਵੀ ਨੀ ਪਹੁੰਚਦਾ, ਫਿਰ ਵੀ ਅਸੀਂ ਲੜਨ ਲਈ ਆਏ ਆ ਯਾਰ। ਤੇ ਕਿੰਨੇ ਜਾਣੇ ਨੂੰ ਗ੍ਰਿਫਤਾਰ ਕੀਤਾ, ਤੁਹਾਡੇ ਕੋਈ ਬੰਦਾ ਹੋਇਆ ਬਾਈ? ਅਸੀਂ ਪਹਿਲਾਂ ਸਵੇਰੇ ਆਏ, ਸਾਡੇ ਨਾਂ ਦੇ ਨਾਲ 6 ਮੁੰਡੇ ਚੱਕ ਕੇ ਅੰਦਰ ਕਰਤੇ, 6 ਮੁੰਡੇ ਚੱਕ, ਉਹ ਤੋਂ ਬਾਅਦ ਫਿਰ ਅਸੀਂ ਆਏ, ਫਿਰ ਇੱਥੋਂ ਮੁੰਡੇ ਪਟਿਆਲੇ ਤੋਂ ਆਏ ਸੀ, ਉਹਨਾਂ ਨੂੰ ਚੱਕ ਕੇ ਇਹਨਾਂ ਨੇ ਅੰਦਰ ਕਰਦੇ। ਪਹੁੰਚੇ ਕਿਵੇਂ, ਪਹੁੰਚਣ 'ਚ ਦਿੱਕਤ ਆਈ ਕੋਈ? ਬਾਈ ਸਾਰੇ ਰਾਹ ਦਿੱਕਤਾਂ ਨਾਲ ਹੀ ਲੜਦੇ ਆਏ ਆ, ਸਾਰਾ ਲੱਗੇ ਲੱਗੇ ਹੋਇਆ ਬਾਈ, ਕਦੇ ਮਹਿਲ ਕਲਾਂ ਘੇਰਦੇ ਆ, ਕਦੇ ਦੱਦਾ ਊਰ ਘੇਰਦੇ ਆ, ਕਦੇ ਸਾਨੂੰ ਮੁੱਲਾ ਪਰ ਘੇਰਦੇ ਆ, ਹਰ ਥਾਂ ਤੋਂ ਘੇਰਦੇ ਹੀ ਆਏ ਨੇ। ਤੇ ਲੱਖਾ ਬਾਈ ਪਹੁੰਚੂਗਾ ਬਾਈ? ਪਹੁੰਚੂਗਾ, ਕਿਵੇਂ ਨੀ ਪਹੁੰਚੂਗਾ, ਜ਼ਰੂਰ ਪਹੁੰਚੂਗਾ, ਉਹਦੀ ਕਾਲ ਆ ਯਾਰ। ਜਿੰਨਾ ਇਹਨਾਂ ਨੇ ਬਾਈ ਪਹਿਲਾਂ ਤਾਂ ਰਾਤ ਘਰਾਂ 'ਚ ਨਜ਼ਰ ਬੰਦ ਕਰੇ, ਸਾਡੇ ਘਰੇ ਇਹਨਾਂ ਨੇ ਬਾਈ ਬਾਰ 'ਚ ਬਿਠਾ ਤੇ 6 ਪੁਲਿਸ ਵਾਲੇ, ਫਿਰ ਸੀਰੇ ਬਾਈ ਦੇ ਬਾਰ 'ਚ ਬਿਠਾ ਦੇ ਪੁਲਿਸ ਵਾਲੇ, ਲੱਖੇ ਬਾਈ ਦੇ, ਝੋਟੇ ਬਾਈ ਦੇ, ਲਵਪ੍ਰੀਤ ਦੇ, ਸਾਰੇ ਸਾਡੇ ਘਰਾਂ ਦੇ ਬਾਈ ਰਾਤ ਪੁਲਿਸ ਸੀ, ਅਸੀਂ ਪਿੰਡਾਂ 'ਚੋਂ ਯਾਰਾਂ ਦੋਸਤਾਂ ਦੇ ਘਰਾਂ 'ਚੋਂ ਉਠਾਏ ਆ। ਅੱਜ ਆਉਣ ਤੋਂ ਪਹਿਲਾਂ ਰਾਤੋਂ ਰਾਤ ਹੀ ਪੁਲਿਸ ਪਹੁੰਚ ਗਈ ਸੀ, ਸਾਡੇ 12 'ਚ ਸੀ ਪੁਲਿਸ, ਅਸੀਂ ਬਾਈ ਰਾਤ ਸਾਰੇ ਅਤੇ ਕੋਈ ਯਾਰਾਂ ਦੋਸਤਾਂ ਦੇ ਘਰੇ ਸੁੱਤਾ, ਕੋਈ ਕਿਤੇ ਸੁੱਤਾ, ਤਾਂ ਅਸੀਂ ਮੈਚ ਨਿਕਲ ਕੇ ਇੱਥੇ ਆ ਗਿਆ। ਉਹਨੂੰ ਸੀਰੇ ਬਾਈ ਨੂੰ ਪਿੱਛੇ ਬਾਈ ਦੱਦਾ ਉਰ ਵਾਲੀ ਨਹਿਰ ਤੇ ਘੇਰ ਰੱਖਿਆ,
ਨਾਲੇ ਉਹਨਾਂ ਦੇ ਡਾਂਗਾ ਚਲਾ ਦਿੱਤੀਆਂ, ਨਾਲੇ ਉਹਨਾਂ ਨੂੰ ਉੱਥੇ ਬੰਨ ਕੇ ਫੜ ਰੱਖਿਆ। ਹੁਣ ਜਿੱਦਾਂ ਪੁਲਿਸ ਫੜ ਕੇ ਲਿਜਾ ਰਹੀ ਸੀ, ਫਿਰ ਹੁਣ ਤੁਸੀਂ ਵੀ ਜ਼ੋਰ ਜ਼ੋਰ ਲਾ ਕੇ ਛਡਾ ਲਿਆ। ਫ੍ਰੀ ਚ ਗ੍ਰਿਫਤਾਰੀ ਅਸੀਂ ਜਮਾ ਨੀ ਦੇਵਾਂਗੇ ਯਾਰ, ਜੇ ਸਾਡਾ ਕੋਈ ਕਸੂਰ ਹੋਊਗਾ ਇਹਨਾਂ ਦਾ ਸਿਰ ਲਾ ਦੇਣ ਯਾਰ, ਅਸੀਂ ਪਿੱਛੇ ਨੀ ਹਟਦੇ। ਠੀਕ ਆ ਜੀ, ਤੇ ਹੁਣ ਤੁਹਾਨੂੰ ਲੱਗਦਾ ਜੇ ਤੁਹਾਨੂੰ ਫੜ ਕੇ ਲੈ ਗਈ ਪੁਲਿਸ ਤੇ ਬਾਕੀ ਵੀ ਹੁਣ ਜਿਹੜੇ ਪਹੁੰਚ ਰਹੇ? ਇਹਨਾਂ ਦਾ ਕੋਈ ਡਰਾਬਾ ਨੀ ਯਾਰ, ਸਾਨੂੰ ਤਾਂ ਦੁੱਖ ਇਸ ਚੀਜ਼ ਦਾ ਆਉਂਦਾ ਵੀ ਲੋਕਾਂ ਨੇ ਭਗਵੰਤ ਮਾਨ ਤੇ ਟਰਸਟ ਕਰਿਆ ਸੀ ਵੀ ਸ਼ਾਇਦ ਇਹ ਬੰਦਾ ਸਾਡਾ ਕੁਝ ਚੰਗਾ ਕਰਦੇ, ਪਰ ਇਹ ਬੰਦੇ ਨੇ ਬਈ ਉਦੋਂ ਵੀ ਵੱਧ ਭਾਂਡੇ ਚ ਵਾਰਤਾ, ਉਦੋਂ ਵੀ ਵੱਧ ਕਿਸਾਨ ਦੇਖ ਲੋ ਰੋਲੇ ਆ। ਇੱਥੇ ਅਸੀਂ ਆ ਹੁਣ ਨੌਜਵਾਨੀ ਰੋਲਦੀ ਆ, ਇਹਨਾਂ ਨੇ ਬਈ 1100 ਭਰਤੀ ਕਰੀ ਹੈ, 1100 ਚੋਂ ਬਈ ਇਹਨਾਂ ਨੇ 400 ਭਰਤੀ ਬਾਹਰਲੀ ਕਰੀ, ਕਿਉਂ ਪੰਜਾਬ ਚ ਮੁੰਡੇ ਮੁੱਕ ਗਏ, ਪੰਜਾਬ ਦੇ ਯੂਥ ਨੂੰ ਫੇਰ ਕਹਿੰਦੇ ਬਾਹਰ ਜਾਂਦਾ ਜਾਊਗਾ ਯਾਰ ਜਦੋਂ ਪੜ੍ਹ ਲਿਖ ਕੇ ਉੱਥੇ ਬੇਰੁਜ਼ਗਾਰ ਫਿਰਦੇ ਆ। ਬਈ ਹਾਲਾਂਕਿ ਧਰਨਾ ਸ਼ਾਂਤੀਪੂਰਵਕ ਆ, ਇੱਥੇ ਕਿਸੇ ਨੇ ਹਿੰਸਾ ਦਾ ਪ੍ਰਯੋਗ ਨਹੀਂ ਕੀਤਾ, ਪਰ ਆਪਾਂ ਦੇਖੀਏ ਪੁਲਿਸ ਆ ਜਿਹੜੀ ਉਹ ਕਈ ਹਜ਼ਾਰਾਂ ਦੇ ਵਿੱਚ ਸਾਰੀ ਲੁਧਿਆਣੇ ਦੀ ਪੁਲਿਸ ਉੱਥੇ ਲਾ, ਪੁਲਿਸ ਨੇ ਤਾਂ ਇਹ ਮਾਹੌਲ ਬਣਾ ਰੱਖਿਆ ਜਿਵੇਂ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਹੋਵੇ ਕੋਈ, ਹਨਾ ਜਿਵੇਂ ਆਪਾਂ ਕਾਰਗਿਲ ਟਾਈਮ ਦੇਖਿਆ ਸੀ ਵੀ ਲੋਕਾਂ ਦੇ ਸ਼ਹਿਰਾਂ ਚ ਪੁਲਿਸ ਫਿਰਦੀ ਆ, ਘਰਾਂ ਚ ਪੁਲਿਸ ਫਿਰਦੀ ਆ, ਹਨਾ ਇਹ ਚੀਜ਼ ਉਦੋਂ ਬਾਅਦ ਹੋਣਾ ਸਰਕਾਰ ਚ ਦੇਖੋ। ਉਹਨਾਂ ਨੂੰ ਕੁਛ ਨੀ ਕਿਹਾ ਗਿਆ ਜਿਨ੍ਹਾਂ ਨੇ ਕਿਹਾ ਸੀ ਵੀ 1 ਲੱਖ ਬੰਦਾ ਸੀ ਇਕੱਠਾ ਕੀਤਾ ਹੋਇਆ ਵਾ? ਬਈ ਉਹਨਾਂ ਦੀ ਵੀਡੀਓ ਆਈ ਵੀ ਆ, ਮੈਂ ਤੁਹਾਨੂੰ ਦਿਖਾ ਦਿੰਦਾ, ਉਹ ਇਕੱਠਾ ਕਰੀ ਬੈਠੇ ਆ, ਜੇ ਤੁਹਾਨੂੰ ਚਾਹੀਦੀ ਹੈ ਵੀਡੀਓ ਮੈਂ ਦੇ ਦਿੰਦਾ, ਸਕਰੀਨ ਤੇ ਦਿਖਾ ਸਕਦੇ ਹੋ ਬਾਈ ਤੁਸੀਂ? ਬਾਈ ਵੀਡੀਓ ਦਿਖਾਏਗਾ ਜਿੱਥੇ ਫੈਕਟਰੀ ਵਾਲਿਆਂ ਨੇ ਵੀ ਜਿਹੜਾ ਵਾ ਕਾਠਾ ਜਿਹੜਾ 10-20 ਹਜ਼ਾਰ ਜਣਿਆਂ ਦਾ ਕੀਤਾ ਹੋਇਆ ਵਾ, ਆਹ ਵਾ ਆਹ ਵੀ ਉਹ ਵੀਡੀਓ ਆ, ਮੈਂ ਕਹੂੰਗਾ ਵੀ ਬਾਈ ਨੂੰ ਕੈਮਰੇ ਵਾਲ ਜ਼ਰੂਰ ਕਰਕੇ ਦਿਖਾਇਆ ਜਾਵੇ। ਇੱਕ ਮਿੰਟ ਬਾਈ, ਇਹ ਨਹੀਂ ਪਿੱਛੇ ਇੱਥੇ ਨੈਟ ਦੀ ਜਿਹੜੀ ਪ੍ਰੋਬਲਮ ਆ ਰਹੀ ਆ ਕਿਉਂਕਿ ਇੱਥੇ ਕੱਠ ਹੀ ਇੰਨਾ ਹੋ ਗਿਆ ਵਾ, ਆਹ ਉਹ ਵੀਡੀਓ ਆ ਜਿਹੜਾ ਉਹਨਾਂ ਦੇ ਵੱਲੋਂ ਕੱਠ ਕੀਤਾ ਗਿਆ ਵਾ, ਤੁਸੀਂ ਦੇਖ ਸਕਦੇ ਹੋ ਨੈਟਵਰਕ ਡਾਊਨ ਕਰਕੇ ਵੀਡੀਓ ਨਹੀਂ ਹਾਲਾਂਕਿ ਚੱਲ ਰਹੀ, ਪਰ ਉਧਰ ਵੀ ਬਾਈ ਕੱਠ ਪੂਰਾ ਕੀਤਾ ਪਿਆ, ਉਹ ਵੀ ਪੂਰੇ ਤਿਆਰ ਬਰ ਤਿਆਰ ਹੋਏ ਪਏ ਨੇ। ਕੋਈ ਨਾ ਬਾਈ, ਅਸੀਂ ਤਾਂ ਸਾਨੂੰ ਤਾਂ ਗੁਰੂ ਮਹਾਰਾਜ ਨੇ ਜਨਮ ਹੀ ਤਿਆਰ ਬਰ ਤਿਆਰ ਕਰਕੇ ਦਿੱਤਾ, ਸਾਡੇ ਕੋਲ ਵੀ ਸਭ ਕੁਛ, ਅਜੇ ਇਹਨਾਂ ਕੋਲੇ ਡਾਂਗਾ ਆ, ਅਸੀਂ ਵੀ ਚਲਾਵਾਂਗੇ, ਫ੍ਰੀ ਚ ਨਹੀਂ ਖਾ ਕੇ ਜਾਂਦੇ, ਜੇ ਸਾਡੇ ਕੋਈ ਮਾਰੂਗਾ ਤਾਂ ਅਸੀਂ ਲਾਵਾਂਗੇ। ਅੱਛਾ, ਜੇ ਇਹਨਾਂ ਨੂੰ ਪੁਲਿਸ ਵੱਲੋਂ ਲਾਠੀ ਚਾਰਜ ਕਰ ਦਿੱਤਾ ਗਿਆ ਤਾਂ ਤੁਸੀਂ ਮੋੜਵਾਂ ਜਵਾਬ ਦਿਓਗੇ? ਜ਼ਰੂਰ ਦੇਵਾਂਗੇ ਬਾਈ, ਕਿਉਂ ਨਹੀਂ ਦੇਵਾਂਗੇ ਯਾਰ। ਅੱਛਾ, ਜਿਹੜਾ ਕਹਿੰਦੇ ਲੱਖਾਂ ਪ੍ਰਵਾਸੀ, ਅਸੀਂ ਗਰੰਟੀ ਨਾਲ ਕਹਿੰਦੇ ਆ ਪੁਲਿਸ ਸਾਨੂੰ 15 ਮਿੰਟ ਦੇ ਦੇ ਲੱਖਾਂ ਪ੍ਰਵਾਸੀ ਸਾਹਮਣੇ, ਮੁੜ ਕੇ ਭਈਆ ਕੋਈ ਪੰਜਾਬ ਚ ਵਰਗਿਆ ਸਾਡਾ ਨਾਮ ਚੇਂਜ ਕਰ ਦੇ, ਖਾਲੀ ਹੋ ਜੂਗੇ ਪ੍ਰਵਾਸੀ ਬਾਈ, ਮੈਂ ਕਹਿੰਦਾ ਮੁੜ ਕੇ ਪੰਜਾਬ ਖਾਲੀ ਹੋਜੂ, ਲੁਧਿਆਣਾ ਛੱਡ ਯਾਰ 15 ਮਿੰਟ, ਇਹ ਤੂੰ ਪਹਿਲਾਂ ਨੀ ਦੇਖਿਆ ਬਾਈ ਆਪਾਂ ਕਰਿਆ ਸੀ ਨਾ ਢੰਡਾਰੀ ਕਾਂਡ ਹੋਇਆ ਸੀ, ਕੀ ਹੋਇਆ ਸੀ ਬਾਈ ਢੰਡਾਰੀ? ਹਾਂਜੀ, ਭਈਏ ਭਜੇ ਲਮਕ ਲਮਕ, ਇੱਕ ਨੀ ਭੱਜਣਗੇ, ਹੁਣ 15 ਮਿੰਟ ਦੇ ਦੋ। ਤੇ ਬਾਈ ਹੁਣ ਅੱਗੇ ਲੱਖੇ ਸਾਡੇ ਉਹਨਾਂ ਨਾਲ ਗੱਲ ਹੋਈ ਆ ਵੀ ਉਹਨਾਂ ਨੂੰ ਦੱਸਤਾ ਵੀ ਇੱਥੇ ਪੁਲਿਸ ਖੜੀ, ਉਹਨਾਂ ਦੇ ਭਰਾ ਨਾਲ ਗੱਲ ਹੋਈ ਸੀ ਤੇ ਮੋਤੇ ਬਾਈ ਨਾਲ ਗੱਲ ਹੋਈ ਸੀ ਤੇ ਵੀ ਐਂ ਕਰਕੇ ਵੀ ਅੱਗੇ ਪੁਲਿਸ ਖੜੀ ਆ, ਉਹਨਾਂ ਨੂੰ ਵੀ ਬਾਈ ਨਜ਼ਰਬੰਦ ਵਾਂਗੂ ਹੀ ਕਰ ਰੱਖਿਆ ਜਿੱਥੇ ਉਹ ਖੜੇ ਸੀ ਬਾਈ, ਹੁਣ ਲੋਕੇਸ਼ਨ ਤਾਂ ਨਹੀਂ ਦੱਸ ਸਕਦੇ ਹਨਾ। ਲੱਖਾ ਪੁਲਿਸ ਦੀ ਹਿਰਾਸਤ ਚ ਤਾਂ ਨਹੀਂ ਹੈਗਾ? ਹਿਰਾਸਤ ਚ ਨਹੀਂ ਹੈਗਾ, ਲੱਖਾ ਬਾਈ ਆਊਗਾ, ਪਹੁੰਚੂਗਾ ਜ਼ਰੂਰ, ਅਮਿਤ ਔਜਮਾਨ ਉਹ ਇੱਥੇ ਪਹੁੰਚ ਚੁੱਕੇ ਆ, ਪਿੱਛੇ ਆ ਗਏ, ਮਤਲਬ ਨੇੜੇ ਤੇੜੇ ਹੀ ਆ, ਲਵੀ ਨੇ ਉਹਨਾਂ ਨੂੰ ਇੱਥੇ ਆਪਣੇ ਸਿੰਘ ਲੈਣ ਵੀ ਗਏ ਨੇ। ਹੁਣ ਅੱਗੇ ਦਾ ਫਿਰ ਰਣਨੀਤੀ ਕੀ ਆ, ਇੱਥੋਂ ਘੱਟ ਤੋਂ ਬਾਅਦ ਅੱਗੇ ਵਧੋਗੇ ਜਾਂ ਕਿਵੇਂ? ਬੰਦ ਕਰਕੇ ਮੁੜਾਂਗੇ ਯਾਰ, ਬੰਦ ਕਰਕੇ ਹੀ ਮੁੜਾਂਗੇ ਚਾਹੇ ਰਾਤ ਹੋ ਜੇ ਯਾਰ। ਦਿੱਲੀ ਬੈਠੇ ਸੀਗੇ ਨਾ, ਵਾਪਸ ਕਰਾਏ ਨਾ ਕਾਨੂੰਨ, ਇੱਥੇ ਵੀ ਬੈਠਾਂਗੇ, ਬੰਦ ਕਰਕੇ ਹੀ ਮੁੜਾਂਗੇ, ਬੰਦ ਕਰੇ ਬਿਨਾਂ ਨਹੀਂ ਜਾਂਦੇ ਬਾਈ। ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ। ਮੈਂ ਕੈਮਰਾ ਮੈਨੂੰ ਕਹਾਂਗਾ ਵੀ ਇੱਥੇ ਦਿਖਾਇਆ ਜਾਵੇ, ਚਾਰੇ ਪਾਸੇ ਜਿਹੜਾ ਮਾਹੌਲ ਆ ਉਹ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਿਆ ਵਾ, ਧੱਕਾ ਮੁੱਕੀ ਵੀ ਹੋ ਰਹੀ ਆ। ਦੋਸਤੋ ਸਮੇਂ ਸਮੇਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਜ਼ਰੂਰ ਦਿਖਾਉਂਦੇ ਰਹਾਂਗੇ ਜੋ ਵੀ ਹੋਇਆਗਾ। ਅਸੀਂ ਲੁਧਿਆਣੇ ਤੋਂ ਲਾਈਵ ਤੁਹਾਡੇ ਨਾਲ ਜੁੜੇ ਹੋਏ ਹਾਂ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਜਿਹੜਾ ਜਿਹੜਾ ਇਸ ਮੋਰਚੇ ਦਾ ਸਮਰਥਨ ਕਰ ਰਿਹਾ ਵਾ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰ ਦਿਓ। ਧੰਨਵਾਦ।